ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਬਲਵਿੰਦਰ ਸਿੰਘ ਜੀ। ਸਮੁੱਚਾ ਜੀਵਨ ਸੱਚਾਈ 'ਤੇ ਚੱਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰ ਅਤੇ ਸਹਿਨਸ਼ੀਲਤਾ ਵਰਤੀਤ ਕਰਨ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸਰਦਾਰ ਬਲਵਿੰਦਰ ਸਿੰਘ ਜੀ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਿੰਡ ਸੰਗਤਪੁਰਾ ਤਹਿਸੀਲ ਚੋਲਾ ਸਾਹਿਬ ਡਿਸਟ੍ਰਿਕਟ ਤਰਨ ਤਾਰਨ ਵਿਖੇ ਪਾਏ ਗਏ। ਸਰਦਾਰ ਬਲਵਿੰਦਰ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰਨੀ ਲਖਵਿੰਦਰ ਕੌਰ ਧਰਮਪਤਨੀ, ਮਨਜਿੰਦਰ ਸਿੰਘ USA ਬੇਟੇ, ਅਰਵਿੰਦਰ ਸਿੰਘ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਸ੍ਰੀ
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੁਣੀ ਸਹਾਏ। ਕਟਾਏ ਕੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪ੍ਰਾਤਨ ਵਰਤਮਾਨ ਸਮੇਂ ਦੇ। ਆਪ ਜੀਆਂ ਨੇ ਰਹਿਮਤ ਕਰਨੀ ਮਹਾਰਾਜ, ਭਾਈ ਬਲਵਿੰਦਰ ਸਿੰਘ ਜੀਆਂ ਤੋਂ ਸੰਸਾਰ ਵਿੱਚ ਵਿਚਰਦਿਆਂ ਮਹਾਰਾਜ ਜੀਵਾਂ ਤੋਂ ਬੇਅੰਤ ਭੁੱਲਾਂ ਹੁੰਦੀਆਂ, ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕੇ ਸਤਿਗੁਰੂ ਜੀ ਆਪ ਜੀਆਂ ਨੇ ਆਪਣੇ ਚਰਨਾਂ ਦਾ ਨਿਵਾਸ ਇਹਨਾਂ ਨੂੰ ਬਖਸ਼ਿਸ਼ ਕਰਨਾ। ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਸਤਿਗੁਰੂ ਸਾਹਿਬ ਜੀਓ ਕੀਤੇ ਹੋਏ ਪੁੰਨ ਦਾਨ ਦਾ ਖੁੱਲਾ ਉਪਦੇਸ਼ ਇਹਨਾਂ ਦੀ ਰੂਹ ਆਤਮਾ ਨੂੰ ਬਖਸ਼ਿਸ਼ ਕਰਿਓ ਸਤਿਗੁਰੂ ਸਾਹਿਬ ਜੀਓ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਨਾਵਾਂ, ਆਪ ਮੈਂ ਕੌਣ ਉਪਾਉ ਕਰੋ, ਜਿਹੇ ਬੇਦ ਮਨ ਕੋ ਸੰਸਾ ਚੁਕੈ, ਭਉ ਨਿਧ ਪਾਰ ਪਰੋ। ਗੁਰਮਤ ਸੁਨ ਕਛ ਗਿਆਨ ਨ ਉਪਜਿਓ, ਪਾਸ ਜਿਓ ਉਧਰ ਭਰੋ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋ ਪਦਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇੰਸਪੈਕਟਰ ਬਲਵਿੰਦਰ ਸਿੰਘ ਸੰਤਪੁਰੀ ਆਪਣੀ ਸੰਸਾਰਿਕ ਯਾਤਰਾ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਜੇ। ਜਾਣਾ ਤੇ ਹਰੇਕ ਇਨਸਾਨ ਨੇ ਇਸ ਦੁਨੀਆਂ ਤੋਂ, ਪਰ ਇੱਕ ਸੋਚ ਹੁੰਦੀ ਆ ਕਿ ਕੋਈ ਜਾਣ ਦਾ ਟਾਈਮ ਹੁੰਦਾ, ਪਰ ਸਾਨੂੰ ਹਮੇਸ਼ਾ ਅਫਸੋਸ ਰਹੇਗਾ ਕਿ ਉਹਨਾਂ ਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਸਮੇਂ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਜ ਦਿੱਤਾ। ਮਰਨ ਲਿਖਾਏ ਮੰਡਲ ਮਹਿਆ, ਆਪਣਾ ਮਰਨਾ ਲਿਖਾ ਕੇ ਤੇ ਫਿਰ ਇਨਸਾਨ ਧਰਤੀ ਤੇ ਪੁੱਜਦਾ ਹੈ। ਮੇਰੇ ਵੀਰ ਜੀ ਨੇ ਉਹਨਾਂ ਦੇ ਜਾਣ ਤੇ ਦੁੱਖ ਮਹਿਸੂਸ ਬਹੁਤ ਉਹਨਾਂ ਦੇ ਹਿਰਦੇ ਵਿੱਚ ਹੈ ਤੇ ਹੁੰਦਾ ਵੀ ਹੈ। ਜਿੰਨਾ ਵੀ ਕੋਈ ਸੁਨੇਹੀ ਨੇੜੇ ਹੋਵੇ ਉਹਨਾਂ ਉਸ ਨੂੰ ਵੱਧ ਤੋਂ ਵੱਧ ਦੁੱਖ ਹੁੰਦਾ ਹੈ। ਮੈਨੂੰ ਹੁਣੇ ਪਤਾ ਲੱਗਾ ਕਿ ਉਹਨਾਂ ਦੇ ਮਾਤਾ ਜੀ ਵੀ ਸੰਸਾਰ ਦੇ ਵਿੱਚ ਹੈਗੇ ਨੇ। ਸੰਗਤ ਜੀ, ਮਾਪਿਆਂ ਦੇ ਹੁੰਦਿਆਂ ਪੁੱਤਰ ਦਾ ਚਲੇ ਜਾਣਾ ਬਹੁਤ ਵੱਡਾ ਦੁੱਖਦਾਇਕ, ਬਹੁਤ ਵੱਡਾ ਦੁੱਖ ਹੈ। ਮਾਵਾਂ ਤੇ ਬੱਚਿਆਂ ਦਾ, ਪੁੱਤਰਾਂ ਦਾ, ਇੱਕ ਤੇ ਲੇਟ ਉੱਠਣਾ, ਲੇਟ ਸਮੇਂ ਸਿਰ ਨਾ ਉੱਠਣਾ, ਉਦੋਂ ਵੀ ਮਾਵਾਂ ਦੀ ਜਾਨ ਨਿਕਲ ਜਾਂਦੀ ਹੈ ਕਿ ਮੇਰਾ ਪੁੱਤਰ ਲੇਟ ਕਿਉਂ ਉੱਠਿਆ। ਪਰ ਜਿਹੜਾ ਸੰਸਾਰ ਦੇ ਵਿੱਚੋਂ ਮਾਵਾਂ ਦੇ, ਮਾਪਿਆਂ ਦੇ ਹੁੰਦਿਆਂ ਚਲੇ ਜਾਣਾ, ਉਹਦਾ ਦੁੱਖ ਫਿਰ ਉਹੀ ਜਾਣਦੇ ਆ, ਉਹ ਕੌਣ ਜਾਣਦਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਕੀ ਚਲਨਾ, ਦੂਰ ਗਮਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਭਗਤ ਰਵਿਦਾਸ ਜੀ ਦਾ ਪਾਵਨ ਹੈ ਸਲੋਕ। ਕਈ ਵਾਰੀ ਜਦੋਂ ਮੌਤ ਦੇ ਬਾਰੇ ਗੱਲਾਂ ਚੱਲਦੀਆਂ ਨੇ, ਹੈਰਾਨ ਰਹਿ ਜਾਂਦਾ ਆਪਾਂ। ਕਈ ਵਾਰੀ ਕਈਆਂ ਨੂੰ ਕਹਿ ਦਿੰਦੇ ਸੀ ਫਲਾਣੇ ਨੂੰ ਆਹ ਨੁਕਸ ਪੈ ਗਿਆ ਸੀ, ਰੋਗ ਲੱਗ ਗਿਆ ਸੀ ਤਾਂ ਚਲੇ ਗਿਆ। ਇਹ ਆਪਾਂ ਕਈ ਐਸੀਆਂ ਮੌਤਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ, ਸੁਣਦੇ ਹੋ ਤੁਸੀਂ। ਕਈ ਲੋਕ ਰਾਤ ਨੂੰ ਚੰਗਾ ਭਲਾ ਪ੍ਰਸ਼ਾਦਾ ਛੱਡ ਕੇ ਸੁੱਤੇ ਹੁੰਦੇ ਨੇ, ਕੋਈ ਨੁਕਸ ਵੀ ਨਹੀਂ ਹੁੰਦਾ।
ਪਰ ਸਵੇਰ ਨੂੰ ਉੱਠ ਕੇ ਆਉਂਦੇ ਹੀ ਨਹੀਂ ਗਏ। ਉਹ ਕਹਿਣ ਲੱਗਾ ਚੱਲ ਥੱਕਿਆ ਹੋਣਾ, ਰਹਿਣ ਦੇ ਕੋਈ ਗੱਲ ਨਹੀਂ, ਜਿੱਧਰ ਨੂੰ ਪਿਆ ਪਿਆ ਰਹਿਣਾ। ਹੁਣ 7:15 ਵੱਜ ਗਏ ਤੇ ਮਨ ਵਿੱਚ ਸੋਚ ਆਈ ਵੀ ਲਾ ਕੇ ਗਿਆ ਜੀ, ਪਾਸਾ ਤੇ 20 ਮਿੰਟ ਨਹੀਂ 10 ਮਿੰਟ ਨਹੀਂ, ਤਾਂ ਉੱਥੇ ਹੀ ਢੋ ਲਾ ਕੇ ਬੈਠੇ ਹੋਏ ਸੀ ਅੰਦਰ, ਦਰਵਾਜ਼ਾ ਤੋੜ ਕੇ ਕੱਢਿਆ ਉਹਨਾਂ ਨੇ। ਤਾਂ ਮੇਰਾ ਕਹਿਣ ਤੋਂ ਭਾਵ ਸੀ ਇਹ ਜਿਹੜਾ ਸ਼ਬਦ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਨਾ, ਕਿਆ ਜਾਣਾ ਕਿ ਉਹ ਮਰੇਂਗੇ ਕੈਸਾ ਮਰਨਾ ਹੋਏ, ਕਿ ਇਹ ਮਹਾਰਾਜ ਦੀ ਲੀਲਾ ਹੈ ਭਾਈ, ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ ਲੱਗ ਸਕਦਾ ਕਿ ਜਿਹੜਾ ਇਨਸਾਨ ਦਾ ਸਰੀਰ ਇਹਦਾ ਨਾਸ ਇਹਦਾ ਅੰਤ ਕਿਸ ਤਰ੍ਹਾਂ ਹੁੰਦਾ। ਪਰ ਹੁਣ ਅੱਜ ਇੱਥੇ ਕਹਿਣਾ ਪਏਗਾ ਵੀ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ। ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਲਈ ਇੱਕ ਹੁਕਮ ਤੈਅ ਕੀਤਾ ਹੋਇਆ ਕਿ ਆਹ ਇਨਸਾਨ ਇੰਨੇ ਤਰੀਕ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਦੇ ਸਵਾਦ ਛੱਡ ਜਾਏਗਾ, ਕਿ ਤੇਰਾ ਹੁਕਮ ਜਦੋਂ ਆ ਜਾਂਦਾ ਉਦੋਂ ਉਹਨੂੰ ਕੋਈ ਟਾਲ ਨਹੀਂ ਸਕਦਾ, ਬਹਾਨਾ ਕੋਈ ਵੀ ਹੋ ਸਕਦਾ। ਸਰਵਣ ਕਰੋ ਕਿ ਸ਼ਬਦ ਜਿਉਂ ਜਿਉਂ ਤੇਰਾ ਹੁਕਮ, ਜਿਉਂ ਜਿਉਂ ਤੇਰਾ ਹੁਕਮ Thank you.
ਘਰ ਘਰ ਇਹੋ ਪਹੁੰਚਾ ਸਤ
ਸਾਧੜੇ ਨਿਤ ਪਵਾਨਾ ਸੱਜਣ ਹਾਰਾਂ ਸਿਮਰੀਆ ਨਾਨਕ ਸੇ ਦੇ ਅਵਨ। ਇਹ ਜਿਹੜਾ ਪਾਠ ਹੈ ਨਾ ਰੋਜ਼ ਰਾਤ ਨੂੰ ਆਪਾਂ ਪੜ੍ਹਦੇ ਹਾਂ, ਇਸੇ ਕਰਕੇ ਪੜ੍ਹਦੇ ਹਾਂ ਕਿ ਜਿਹੜੀ ਮੌਤ ਹੈ ਨਾ ਉਹ ਤਾਂ ਇੱਕ ਵੱਡੀ ਮੌਤ ਹੈ, ਆ ਜਿਹੜੀ ਨੀਂਦ ਹੈ ਨਾ ਇਹ ਵੀ ਇੱਕ ਛੋਟੀ ਮੌਤ ਹੀ ਹੁੰਦੀ ਹੈ, ਰੋਜ਼ ਹੁੰਦੀ ਹੈ ਬੰਦੇ ਦੀ। ਖੌਰੇ ਉੱਠਿਆ ਜਾਵੇ ਸਵੇਰੇ ਕਿ ਨਾ ਉੱਠਿਆ ਜਾਵੇ ਇਹ ਤਾਂ ਵਾਹਿਗੁਰੂ ਜਾਣਦਾ, ਪਰ ਰਾਤ ਨੂੰ ਅਰਦਾਸ ਕਰਕੇ ਸੌਂ ਜਾਏ ਆਪਦੀ ਆਪੇ। ਇਸ ਪਾਠ ਵਿੱਚ ਆਉਂਦਾ ਘਰ ਘਰ ਇਹ ਹੋ ਪਹੁੰਚਾ, ਪਹੁੰਚਾ ਕੀ ਹੁਕਮ, ਹੁਕਮ ਮਹਿਣਾ ਸੱਦਾ, ਜਿਵੇਂ ਵਿਆਹਾਂ ਦੇ ਸੱਦੇ ਲੋਕਾਂ ਨੂੰ ਆਉਂਦੇ ਨੇ ਨਾ ਵੀ ਜੀ ਸਾਡੇ ਘਰ ਵਿਆਹ ਵਾ ਤੁਸੀਂ ਆਇਓ, ਉਹ ਸੱਦਾ ਆਉਂਦਾ ਵਾ ਕਿਸੇ ਕਿਸੇ ਘਰ ਵਿੱਚ ਕਿਸੇ ਕਿਸੇ ਗਲੀ ਵਿੱਚ। ਜੇ ਗਲੀ ਵਿੱਚ ਆਪਾਂ ਦਸਾਂ ਘਰਾਂ ਨੂੰ ਜਾਣਦੇ ਹਾਂ ਤਾਂ ਉਹਨੂੰ ਨਹੀਂ ਵੀ ਜਾਣਦੇ ਉੱਥੇ ਆਪਾਂ ਛੱਡ ਦਿੰਦੇ ਹਾਂ, ਰਹਿਣ ਦਿੰਦੇ ਹਾਂ। ਜੇ ਦਸਾਂ ਘਰਾਂ ਨੂੰ ਆਪਾਂ ਸੱਦਾ ਦਿੱਤਾ ਉਹਨਾਂ ਵਿੱਚੋਂ ਚਾਰ ਜੀ ਆ ਸਕਦੇ ਆ ਬਾਕੀ ਨਹੀਂ ਆ ਸਕਦੇ, ਉਹਨਾਂ ਦੀ ਮਰਜ਼ੀ, ਆਪਣਾ ਕੰਮ ਸੱਦਾ ਦੇਣਾ ਸੀ। ਪਰ ਵੇਖੋ ਦੁਨੀਆਂ ਦੇ ਲੋਕੋ, ਇੱਕ ਦੁਨਿਆਵੀ ਬੰਦੇ ਦਾ ਸੱਦਾ ਆਪਾਂ ਮੋੜ ਸਕਦੇ ਹਾਂ ਕਿ ਮੈਂ ਵਿਹਲਾ ਨਹੀਂ ਮੈਂ ਆ ਨਹੀਂ ਸਕਦਾ, ਪਰ ਜਿਸ ਦਿਨ ਭਾਈ ਰੱਬ ਦਾ ਸੱਦਾ ਆ ਜਾਂਦਾ ਹੈ ਨਾ ਉਹ ਦਿਨ ਸਾਰੇ ਕੰਮ ਛੱਡ ਕੇ ਤੁਰਨਾ ਪੈਂਦਾ, ਚਲੋ ਜੀ ਮੈਂ ਆਇਆ, ਇਹ ਰੱਬ ਦਾ ਸੱਦਾ ਹੈ। ਅਤੇ ਮਹਾਰਾਜ ਕਹਿੰਦੇ ਘਰ 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 ਮੈਂ ਸਾਰਿਆਂ ਘਰਾਂ ਵਿੱਚ, ਉਹ ਕਿਹੜੇ ਘਰ, ਆਹ ਜਿਹੜੇ ਸਰੀਰ ਦੇ ਘਰ, ਸਾਰਿਆਂ ਘਰਾਂ 'ਚ ਮੌਤ ਦੇ ਸੱਦੇ ਨੇ ਪਹੁੰਚਣਾ ਔਰ ਇਹ ਸੱਦੇ ਨੂੰ ਕੋਈ ਮੋੜ ਨਹੀਂ ਸਕਦਾ। ਮਿੱਟੀ ਦੇ ਘਰਾਂ ਦੇ ਵਿੱਚ ਸੱਦੇ ਆਉਂਦੇ ਨੇ, ਜਿਹੜੇ ਆਪਣੇ ਇੱਟਾਂ ਦੇ ਘਰ ਬਣੇ ਨੇ ਮਿੱਟੀ ਦੇ ਬਣੇ ਨੇ, ਇਹਨਾਂ ਘਰਾਂ ਵਿੱਚ ਦੁਨਿਆਵੀ ਸੱਦਿਆਂ ਨੂੰ ਲੋਕ ਮੋੜ ਸਕਦੇ ਨੇ, ਪਰ ਮੌਤ ਦੇ ਸੱਦੇ ਨੂੰ ਜਿਹੜਾ ਸਰੀਰ ਰੂਪੀ ਘਰ ਵਿੱਚ ਆਉਂਦਾ ਇਹਨੂੰ ਕੋਈ ਮੋੜ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੱਦਣ ਹਾਰਾ ਸੱਦਾ ਭੇਜਣ ਵਾਲਾ, ਸੱਦਣ ਹਾਰਾ ਉਹਨੂੰ ਸਿਮਰ ਲਓ, ਉਹਨੂੰ ਯਾਦ ਕਰ ਲਓ, ਫਿਰ ਤੁਹਾਡਾ ਕੋਈ ਫਾਇਦਾ ਹੋ ਸਕਦਾ। ਐਸਾ ਇਹ ਪਾਠ ਹੈ ਕੀਰਤਨ 16 ਸਾਹਿਬ ਦਾ ਕਿ ਘਰ ਘਰ ਇਹੋ ਪਹੁੰਚਾ ਸੱਦੜੇ, ਸੱਦੜੇ ਮੈਣਾ ਬਹੁਤ ਸਾਰੇ ਸੱਦੇ, ਜਿਵੇਂ ਇੱਕ ਪਿੰਡ 'ਚ ਇੱਕ ਸ਼ਹਿਰ 'ਚ ਇੱਕ ਮੌਤ ਥੋੜ੍ਹਾ ਹੁੰਦੀ ਹੈ, ਬਹੁਤ ਸਾਰੀਆਂ ਮੌਤਾਂ ਹੁੰਦੀਆਂ। ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ ਸੱਦੜੇ, ਅਤੇ ਨਾਲ ਨੇ ਕਿਹਾ ਨਿੱਤ ਪਵਨ, ਨਿੱਤ ਮਹਿਣਾ ਰੋਜ਼, ਜਿਹੜਾ ਭਾਈ ਰੋਜ਼ ਲੋਕਾਂ ਦੀ ਮੌਤ ਦੇ ਸੱਦੇ ਭੇਜ ਰਿਹਾ ਵਾ ਉਸ ਮਾਲਕ ਨੂੰ ਸਿਮਰ ਲਓ। ਐਸਾ ਇਸ ਸ਼ਬਦ ਦਾ ਪ੍ਰਮਾਣ ਹੈ। ਇੱਕ ਵਾਰ ਤੁਸੀਂ ਸਾਰੇ ਜਾਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਕੀਰਤਨ 16 ਦੇ ਸ਼ਬਦ ਵਿੱਚ ਜਿਹੜਾ ਲਾਸਟ ਵਾਲਾ ਸ਼ਬਦ ਹੈ ਨਾ ਉਹ ਸ਼ਬਦ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਇੱਕ ਤੁਸੀਂ ਕੀਰਤਨ 16 ਦਾ ਪਹਿਲਾ ਸ਼ਬਦ ਜਿਹਦੇ ਵਿੱਚ ਆਇਆ ਘਰ ਘਰ ਇਹੋ ਪਹੁੰਚਾ ਸੱਦੜੇ ਨਿੱਤ ਪਵਨ, ਹੁਣ ਕੀਰਤਨ 16 ਦੀ ਬਾਣੀ ਦਾ ਲਾਸਟ ਵਾਲਾ ਸ਼ਬਦ ਜਿਹੜਾ ਤੁਸੀਂ ਪੜ੍ਹਦੇ ਹੋ ਨਾ ਕਰੋ ਬਿਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਗੁਰੂ ਅਰਜਨ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਇਸ ਸ਼ਬਦ ਵਿੱਚ ਕਹਿੰਦੇ ਇਹ ਮੇਰੀਆਂ ਮਨਾਂ ਇਹ ਮੇਰੇ ਸਤਸੰਗੀ ਜਦੋਂ ਸਾਰੇ ਜਾਣੇ ਧਿਆਨ ਨਾਲ ਸੁਣੋ ਕਰੋ ਬੇਨਤੀ ਪਰਮਾਤਮਾ ਦੇ ਅੱਗੇ ਬੇਨਤੀ ਕਰ ਲਓ, ਹੁਣ ਤੁਸੀਂ ਜਿਉਂਦੇ ਹੋ ਜਾਗਦੇ ਹੋ, ਉਹ ਸਕਦਾ ਰਾਤ ਨੂੰ ਸੁੱਤੇ ਪਿਆਂ ਤੋਂ ਬਾਅਦ ਉੱਠੇ ਨਾ ਜਾਵੇ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਮੇਰੇ ਮੀਤਾ ਬੇਨਤੀ ਕਰ ਲਓ, ਮੇਰੇ ਮਿੱਤਰ ਸੱਜਣੋ ਬੇਨਤੀ ਕਰ ਲਓ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਤੁਹਾਡੇ ਕੋਲ ਜਿਉਂਦਿਆਂ ਕੋਲ ਸਮਾਂ ਹੈਗਾ ਬੇਨਤੀ ਕਰੋ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਆਖਿਆ ਮਹਾਰਾਜ ਅਸੀਂ ਬੇਨਤੀ ਕਰ ਲਵਾਂਗੇ ਤਾਂ ਫਿਰ ਕੀ ਮਿਲੇਗਾ। ਕਹਿੰਦੇ ਇਹਾਂ ਖਾਟ ਚਲੋ ਹਰਲਾ ਅੱਗੇ ਬਸਨ ਸੋਹਿਲਾ,
ਜਿਹੜਾ ਕੋਈ ਵੀ ਮਨੁੱਖ ਵਾਹਿਗੁਰੂ ਦਾ ਨਾਮ ਸਿਮਰ ਕੇ ਇਸ ਦੁਨੀਆਂ ਤੋਂ ਜਾਂਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਗਵਾਹੀ ਭਰਦੇ ਨੇ, ਇੱਥੇ ਕੀਹਾਂ ਮੈਣਾ ਇੱਥੇ ਇਸ ਯੁੱਗ 'ਤੇ ਰਹੀਆਂ ਹੋਈਆਂ, ਕੀਹਾਂ ਖਾਟ ਚਲੋ ਹਰ ਲਾਹਾਂ, ਕੀਹਾਂ ਮੈਣਾ ਇੱਥੇ ਖਾਟ ਮੈਣਾ ਖੱਟੀ, ਖੱਟੀ ਮੈਣਾ ਕਮਾਈ। ਜੋ ਵੀ ਤੁਸੀਂ ਆਪਣੇ ਰਸਨਾ ਦੇ ਨਾਲ ਕਮਾਈ ਕਰਕੇ ਜਾਓਗੇ ਨਾ ਵਾਹਿਗੁਰੂ ਦੇ ਨਾਮ ਦੀ, ਮਹਾਰਾਜ ਕਹਿੰਦੇ ਫਿਰ ਆਗੈ ਬਸਨ ਸੋਹਿਲਾ, ਬਸਨ ਮੈਣਾ ਵਸਣਾ। ਜਿਵੇਂ ਕੋਈ ਮਨੁੱਖ ਐਸ਼ ਪਿੰਡ ਨੂੰ ਛੱਡ ਕੇ ਹੋਰ ਕਿਸੇ ਸ਼ਹਿਰ ਵਿੱਚ ਰਹਿਣ ਜਾਵੇ, ਜੇ ਭਾਈ ਉਹਦੇ ਕੋਲ ਵਾਹਵਾ ਸਾਰੇ ਪੈਸੇ ਹੋਣ, ਉਹ ਉੱਥੇ ਜਾ ਕੇ ਚੰਗੀ ਥਾਂ ਲੈ ਸਕਦਾ, ਚੰਗਾ ਰਹਿਣ ਬਸੇਰਾ ਕਰ ਸਕਦਾ, ਉਹਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਹਦੇ ਕੋਲ ਪੈਸੇ ਜ਼ਿਆਦਾ ਹੋਣ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਕੋਈ ਧਰਤੀ ਕੋਈ ਸ਼ਹਿਰ ਬਦਲਦਾ ਤਾਂ ਉਹਨੂੰ ਪੈਸਿਆਂ ਦੀ ਲੋੜ ਪੈਂਦੀ ਹੈ, ਜਦੋਂ ਕੋਈ ਧਰਤੀ ਨੂੰ ਹੀ ਬਦਲਦਾ ਪਰਲੋਕ ਗਮਨ ਕਰਦਾ ਭਾਈ ਉਹਨੂੰ ਨਾਮ ਦੇ ਧਨ ਦੀ ਲੋੜ ਪੈਂਦੀ ਜੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਕਿਉਂਕਿ ਲਿਖਿਆ ਹੁੰਦਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਾਈ। ਤੇ ਮਾਂ ਪਿਓ ਵੀ ਲਾਗੇ ਨਹੀਂ ਹੁੰਦਾ, ਭੈਣ ਭਰਾ ਵੀ ਲਾਗੇ ਨਹੀਂ ਹੁੰਦਾ, ਉੱਥੇ ਨਾਮ ਦਾ ਧਨ ਤੁਹਾਡੇ ਕੋਲ ਖਰਚਣ ਲਈ ਹੁੰਦਾ ਹੈ, ਜਿਹੜਾ ਧਨ ਪੱਲੇ ਵਿੱਚ ਬਹੁਤ ਭਾਈ ਬਹੁਤ ਮਦਦ ਕਰਦਾ ਹੈ। ਇਸ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਇਸ ਤਰ੍ਹਾਂ ਸਮਝਾਇਆ, ਮਨ ਗੁਰ ਮਿਲ ਕਾਜ ਸਵਾਰੇ, ਔਦ ਘਟੈ ਦਿਨ ਸਰਹਿਣਾ ਹੈ। ਔਦ ਮਹਿਣਾ ਉਮਰ, ਘਟੇ ਮਹਿਣਾ ਘਟਦੀ ਜਾਂਦੀ ਹੈ, ਦਿਨ ਤੇ ਰਾਤ ਕਰਕੇ ਘਟਦੀ ਹੈ। ਔਦ ਘਟੈ ਦਿਨ ਸਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਮੇਰਿਆ ਮਨਾ ਜਿੰਨਾ ਚਿਰ ਜਿਉਣਾ ਹੈ ਉਹਨਾਂ ਚਿਰ ਵਾਹਿਗੁਰੂ ਨਾਲ ਮੇਲ ਮਿਲਾਪ ਕਰਕੇ ਆਪਣਾ ਕਾਜ ਸਵਾਰ ਲੈ। ਐਸਾ ਹੀ ਸ਼ਬਦ ਜਿਹੜਾ ਮੈਂ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਿਹਾ, ਆਪ ਜੀ ਸਰਵਣ ਕਰੋ। Thank you.
Thank you.
ਕਰਾਂਗੇ ਜੀ ਦਰਨ ਲੱਖ ਸਤਨਾਮ ਸ੍ਰੀ ਵਾਹਿਗੁਰੂ। 12:30 ਤੱਕ ਦਾ ਸਮਾਂ ਪਰਿਵਾਰ ਵੱਲੋਂ ਨਿਯਤ ਕੀਤਾ ਗਿਆ ਹੈ। 12:05 ਹੋ ਚੁੱਕੇ ਹਨ। 25 ਕੀਰਤਨ ਦੀ ਸੇਵਾ ਹੋਰ ਹੋਣੀ ਹੈ। ਸੋ ਸਤਸੰਗ ਜੀ, ਇਸ ਸ਼ਬਦ ਵੱਲ ਇੱਕ ਵਾਰ ਫਿਰ ਆਪ ਜੀ ਧਿਆਨ ਦਿਓ। ਇਸ ਸ਼ਬਦ ਦੇ ਵਿੱਚ ਠੀਕ ਹੈ ਹੁਕਮ ਹੋਇਆ ਹੈ ਸਮੇਂ ਦੀ ਰਜ਼ਾਕਤ ਨੂੰ ਦੇਖਦੇ ਹੋਏ ਸੋਨੇ ਦਾ ਪਾਠ ਕਰਨ ਵਾਲੀਆਂ ਰੂਹਾਂ ਬੈਠੀਆਂ, ਔਰ ਜੇ ਸਾਨੂੰ ਪਤਾ ਲੱਗ ਜਾਏ ਨਾ ਕੀਰਤਨ ਸੋਹਲਾ ਪੜ੍ਹਨਾ ਕਿਉਂ ਹੈ, ਸਵਾਦ ਤਾਂ ਫੇਰ ਹੈ। ਜੇ ਕੇਵਲ ਆਪਾਂ ਇੰਨਾ ਹੀ ਮੰਨਣਾ ਫਿਰ ਇਹਦਾ ਆਨੰਦ ਵੱਖਰਾ ਹੈ। ਸਤਸੰਗ ਜੀ, ਇਹ ਬੰਦੇ ਦੀ ਆਪੇ ਕੀਤੇਗੀ ਇਹ ਕੀਰਤਨ ਸੋਹਲੇ ਦੇ ਰਾਹੀਂ ਜੋ ਰੈਣ ਆ ਰਿਹਾ। ਰੈਣ ਜਿਵੇਂ ਲੰਘ ਜਾਂਦੀ ਹੈ ਉਦੋਂ ਵੀ ਸਾਡੀ ਉਮਰ ਚੋਂ ਕਟੌਤੀ ਹੋ ਜਾਂਦੀ ਹੈ। ਇਹ ਸ਼ਬਦ ਵਿੱਚ ਆਇਆ ਜਾਣ ਤੋਂ ਆਏ ਤੇ ਦੇਖੋ ਜਿਸ ਕੰਮ ਕਰਨ ਵਾਸਤੇ ਆਪਾਂ ਦੁਨੀਆਂ 'ਤੇ ਆਏ ਹਾਂ। ਹੁਣ ਵੇਖੋ ਕੋਈ ਮਨੁੱਖ ਇੱਥੋਂ ਸ਼ਹਿਰ ਜਾਵੇ, ਜਾਣ ਤੋਂ ਆਏ ਸੋਈ ਬਿਆਜੋ ਹਰ ਗੁਰ ਤੇ ਮਨੇ ਬਸੇਰਾ। ਆਹ ਸੀ ਸਾਡਾ ਕੰਮ ਮਨੁੱਖਾਂ ਦੇ ਵਿੱਚ ਆ ਕੇ ਆਪਣੇ ਗੁਰੂ ਦਾ ਆਪਣੇ ਮਨ ਦੇ ਉੱਤੇ ਬਸੇਰਾ ਕਰਾਉਣਾ। ਜਾਂ ਕੋ ਆਏ ਸੋਈ ਬਿਹਾਜੋ, ਬਿਹਾਜਣਾ ਦੇ ਉੱਤੇ ਪਰਮਾਤਮਾ ਦਾ ਵਾਸ ਕਰ ਲੈਂਦਾ, ਫਿਰ ਤੈਨੂੰ ਪਰਮਾਤਮਾ ਕਦੀ ਇਸ ਘਰ ਵਿੱਚੋਂ ਨਹੀਂ ਕੱਢੇਗਾ। ਕਰਨ ਲੱਖ ਸਤਨਾਮ ਸ਼੍ਰੀ ਵਾਹਿਗੁਰੂ। ਨਿੱਜ ਘਰ ਮਹਿਲ, ਇੱਕ ਕੋਠੀ ਹੁੰਦੀ ਹੈ, ਇੱਕ ਮਹਿਲ ਹੁੰਦਾ ਹੈ। ਕੋਠੀ ਛੋਟੀ ਹੁੰਦੀ ਹੈ, ਮਹਿਲ ਬਹੁਤ ਵੱਡਾ ਹੁੰਦਾ ਹੈ। ਮਹਾਰਾਜ ਕਹਿੰਦੇ ਨਿੱਜ ਘਰ, ਇੱਕ ਤਾਂ ਉੱਗਰ ਤੇਰਾ ਆਪਣਾ ਘਰ ਮਹਿਲ ਵਾਲਾ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਉਹਦੇ ਵਿੱਚੋਂ ਬਹੋਰ ਨਾ ਹੋਏ ਉਹ ਤੇਰਾ, ਫਿਰ ਵੀ ਤੈਨੂੰ ਮਹਾਰਾਜ ਉਸ ਮਹਿਲ ਵਿੱਚੋਂ ਬਾਹਰ ਕੱਢਦੇ। ਐਸਾ ਇਹ ਸ਼ਬਦ ਜਿਹੜਾ ਅੰਦਰ ਸਰਵ ਕਰਦਾ। ਹੁਣ ਆਪਾਂ 10 ਮਿੰਟਾਂ 'ਚ ਸਮਾਪਤੀ ਕਰਨੀ ਹੈ ਅਤੇ ਸ਼ਬਦ ਜਿਹੜਾ ਅਸੀਂ ਆਪ ਜੀ ਨੂੰ ਸਰਵਣ ਕਰਾਉਣ ਲੱਗੇ ਹਾਂ ਉਹ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੈ। ਅਤੇ ਉਹ ਸ਼ਬਦ ਕਿਹੋ ਜਿਹਾ ਪਾਠ ਕਾਰਾ ਕਰਾਉਣਾ ਭਗਤ ਜੀ, ਤਾਂ ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਅੰਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਹੁ ਜਲ ਫੇਰਾ। ਜਿੰਨੀ ਦੇਰ ਤੱਕ ਸ਼ਬਦ ਨਾਲ ਨਹੀਂ ਨਾ ਆਪਾਂ ਜੁੜਾਂਗੇ ਦੁੱਖ ਵਧਿਆ ਰਹੇ। ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਬੈਠੇ ਹੋ, ਆਮ ਇੱਕ ਬੰਕ ਤੁਹਾਨੂੰ ਪੜ੍ਹ ਕੇ ਸੁਣਾਉਣਾ। ਜਿਉਂ ਮੰਦਰ ਕੋ ਥੰਮੈ ਥੰਮਨ, ਕਹਿੰਦੇ ਜਿਸ ਤਰ੍ਹਾਂ ਪੁਰਾਣੇ ਘਰ ਵੇਲੇ ਸ਼ਤੀਰੀਆਂ ਦੇ ਘਰ ਹੁੰਦੇ ਸੀ ਨਾ, ਤੇ ਸ਼ਤੀਰੀ ਕਿਸੇ ਵੇਲੇ ਟੁੱਟ ਜਾਂਦੀ ਸੀ ਨਾ ਤੇ ਆਪਾਂ ਛੱਤ ਥੋੜੀ ਢਾ ਦਿੰਦੇ ਸੀ, ਭੱਜ ਕੇ ਜਾ ਕੇ ਵੱਡੀ ਸਾਰੀ ਮਜ਼ਬੂਤ ਲੱਕੜ ਜਿਹਨੂੰ ਥੰਮੀ ਕਹਿੰਦੇ ਆ ਆਪਾਂ ਉਹਦੇ ਥੱਲੇ ਦੇ ਦਿੰਦੇ ਸੀ ਤੇ ਛੱਤ ਖੜੀ ਰਹਿ ਜਾਂਦੀ ਸੀ। ਇਸ ਤਰ੍ਹਾਂ ਜਦੋਂ ਮਨ ਨੂੰ ਵੀ ਕਿਸੇ ਦੁੱਖ ਰੂਪੀ ਤਰੇੜ ਆਉਂਦੀ ਹੈ ਨਾ ਤੇ ਮਨ ਠਾਂ ਨੂੰ ਡੋਲਦਾ। ਸਤਿਗੁਰੂ ਜੀ ਕਹਿੰਦੇ ਜਿਉਂ ਮੰਦਰ ਕਾ, ਮੰਦਰ ਮੈਂ ਛੱਤ ਕੋਠਾ, ਜਿਵੇਂ ਮੰਦਰ ਨੂੰ ਛੱਤ ਨੂੰ ਥੰਮੀ ਦੇ ਕੇ ਤੁਸੀਂ ਖਿਲਾਰ ਲੈਂਦੇ ਹੋ ਨਾ, ਜਿਉਂ ਮੰਦਰ ਕਾ ਥੰਮੈ ਥੰਮਨ। ਅੱਜ ਡਿੱਗੇ ਹੋਏ ਮਨ ਨੂੰ ਸਹਾਰਾ ਕਿਹੜਾ ਚਾਹੀਦਾ, ਕਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਅੱਜ ਦਾ ਗੁਰੂ ਕਾ ਸ਼ਬਦ ਹੈ, ਜੇ ਕਿਸੇ ਨੂੰ ਦੁੱਖ ਵੇਲੇ ਸ਼ਬਦ ਵਿੱਚੋਂ ਪ੍ਰਮਾਣ ਮਿਲ ਗਏ ਕਿ ਇਹ ਤਾਂ ਹੋਣਾ ਹੀ ਸੀ ਕਿ ਮਨ ਨੂੰ ਸ਼ਬਦ ਦਾ ਹੀ ਮਿਲ ਸਕਦੀ ਹੈ ਤੇ ਸ਼ਬਦ ਨਾਲ ਹੀ ਸਾਨੂੰ ਜੁੜਨਾ ਪਏਗਾ। ਆਓ ਮੈਂ ਬੇਨਤੀ ਕਰ ਰਿਹਾ ਸਾਂ ਕਿ ਆਹ ਸ਼ਬਦ ਦੀ ਉਹਨਾਂ ਨੂੰ ਲੋੜ ਕਿਉਂ ਪਈ, ਉਹਨਾਂ ਨੇ ਆਪਣਾ ਕਾਰਨ ਇਸੇ ਸ਼ਬਦ ਵਿੱਚ ਦੱਸਿਆ। ਕਹਿੰਦੇ ਬਾਬਾ ਆਪਣਾ ਬਸੋਂ ਇਹ ਗਾਓ, ਗਾਓ ਮੈਣਾ ਗਾਮ ਪਿੰਡ, ਪਿੰਡ ਮੈਣਾ ਸਰੀਰ ਵਿੱਚ ਨਹੀਂ ਰਹਿਣਾ ਚਾਹੁੰਦਾ। ਕਿਉਂ ਕਿਉਂ ਨਹੀਂ ਰਹਿਣਾ ਚਾਹੁੰਦੇ ਤੁਸੀਂ? ਬਾਬਾ ਆਪਣਾ ਬਸੋਂ ਕਿ ਘੜੀ ਘੜੀ ਕਾ ਲੇਖਾ ਮੰਗੇ। ਮੈਨੂੰ ਪਤਾ ਲੱਗ ਗਿਆ ਆਹ ਜਿਹੜਾ ਸਰੀਰ ਹੈ ਨਾ ਇਹਦਾ ਵੀ ਘੜੀ ਘੜੀ ਦਾ ਲੇਖਾ ਹੋਣਾ। ਮਹਾਰਾਜ ਨੇ ਇਹਨੂੰ ਹੋਰ ਬੜੇ ਸੁਚੱਜੇ ਤਰੀਕੇ ਨਾਲ ਖੋਲ੍ਹਿਆ। ਆਪਾਂ ਤਾਂ ਰੋਜ਼ ਪੜ੍ਹ ਜਾਂਦੇ ਹਾਂ, ਇਸ ਨੂੰ ਜਾਣਦੇ ਨਹੀਂ
ਸਲੋਕ ਪਵਨ ਗੁਰੂ ਪਾਣੀ ਪਿਤਾ ਵਿੱਚ ਮਹਾਰਾਜ ਕਹਿੰਦੇ ਚੰਗਿਆਈਆਂ ਬੁਰਿਆਈਆਂ ਤਾਂ ਵੇਖਣ ਵਾਲੇ ਨੂੰ ਪਤਾ ਹੁੰਦਾ ਲੇਖਾ ਕਿਸ ਤਰ੍ਹਾਂ ਵੇਖਣਾ, ਜਾਂ ਵਿਖਾਉਣ ਵਾਲੇ ਨੂੰ ਪਤਾ ਹੁੰਦਾ ਲੇਖਾ ਕਿੱਦਾਂ ਵਿਖਿਆ ਜਾਂਦਾ, ਕਿਉਂਕਿ ਜਿਹਨਾਂ ਦੇ ਭੋਗ 'ਤੇ ਆਏ ਆ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਦੇ ਸਾਥੀ ਭਾਈ ਹਰਦੀਪ ਸਿੰਘ ਜੀ ਬੈਠੇ ਨੇ ਕਾਫੀ ਦੇਰ, ਇਹਨਾਂ ਨੇ ਵੀ ਇਹਨਾਂ ਦੇ ਨਾਲ ਸੇਵਾ ਕੀਤੀ ਇੰਸਪੈਕਟਰ ਦੇ ਵਜੋਂ। ਜਦ ਕਿਸੇ ਦੀਆਂ ਕਾਪੀਆਂ ਚੈੱਕ ਕਰਨੀਆਂ ਹੁੰਦੀਆਂ ਫਿਰ ਭਾਈ ਪੱਤਰੇ ਥੱਲ ਥੱਲ ਕੇ ਵੇਖਣੇ ਪੈਂਦੇ ਆ ਕਿ ਇੱਧਰ ਕੀ ਲਿਖਿਆ ਇੱਧਰ ਕੀ ਲਿਖਿਆ। ਸਲੋਕ ਪਵਣ ਗੁਰੂ ਪਾਣੀ ਪਿਤਾ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਦੁਨੀਆਂ 'ਤੇ ਆਇਆ ਹੋਇਆ ਬੰਦਿਆ, ਜਿੱਦਾਂ ਤੂੰ ਜਾਣਾ ਤੇਰਾ ਧਰਮ ਰਾਜੇ ਨੇ ਲੇਖਾਂ ਕਿੱਦਾਂ ਵੇਖਣਾ, ਚੰਗਿਆਈਆਂ ਨੇ ਵੇਖਣਾ, ਚੰਗਿਆਈਆਂ ਬੁਰਿਆਈਆਂ ਵਾਚੈ ਕਿੱਥੇ ਵਾਚਣਗੇ, ਉੱਥੇ ਲਾਗੇ ਕੌਣ ਹੋਏਗਾ। ਕਹਿੰਦੇ ਧਰਮ ਅਧੂਰ ਧਰਮ ਰਾਜੇ ਦੀ ਦਰਗਾਹ ਦੇ ਵਿੱਚ ਫਿਰ ਕੀ ਹੋਏਗਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਲੇਖੇ ਦੇ ਹਿਸਾਬ ਨਾਲ ਤੈਨੂੰ ਫਿਰ ਉਹਦੀ ਸਜ਼ਾ ਮਿਲਣੀ ਹੈ। ਜੇ ਤੇਰੇ ਬਹੁਤੇ ਚੰਗੇ ਕਰਮ ਹੋਏ ਤਾਂ ਉਹਨੇ ਆਖਣਾ ਆ ਜਾ ਤੂੰ ਦੂਰ ਨਾ ਜਾ ਮੇਰੇ ਹੀ ਲਾਗੇ ਬਹਿ ਜਾ, ਤੇ ਜੇ ਲੇਖਾ ਮਾੜਾ ਹੋਇਆ ਤਾਂ ਆਖਣਾ ਜਾ ਦੂਰ ਚਲ ਜਾ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਸ਼ਬਦ ਵਿੱਚ ਆਖਿਆ ਬਾਬਾ ਅਬ ਨਾ ਬਸੋ ਇਹ ਗਾਓ, ਕਿਉਂਕਿ ਘਰੀ ਘਰੀ ਤਾਂ ਲੇਖਾ ਮੰਗੇ ਕਾਹੇ ਤਾਂ ਤੇਤੀ ਨਾ ਆਖਿਆ, ਫਿਰ ਕੀ ਹੋ ਗਿਆ ਲੇਖਾ ਤਾਂ ਦੇਣਾ ਹੀ ਪੈਂਦਾ। ਹੁਣ ਸੁਣੋ ਅਗਲੀ ਭਗਤੀ, ਮੇਰਾ ਦਿਲ ਨਹੀਂ ਕਰਦਾ ਮੈਂ ਇਕੱਲਾ ਸ਼ਬਦ ਪੜ੍ਹ ਕੇ ਆਪ ਜੀ ਨੂੰ ਚਲੇ ਜਾਵਾਂ, ਮੇਰਾ ਦਿਲ ਕਰਦਾ ਜਦੋਂ ਤੁਹਾਨੂੰ ਸ਼ਬਦ ਸੁਣ ਤੁਹਾਨੂੰ ਸਮਝ ਲੱਗੇ ਕਿ ਕੀ ਪੜ੍ਹਿਆ ਜਾ ਰਿਹਾ। ਅਗਲੀ ਪੰਕਤੀ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਚੱਲ ਉਹ ਜਾਣੇ ਲੇਖਾ ਤੇ ਸਾਰਿਆਂ ਨੂੰ ਹੁੰਦਾ, ਜੇ ਲੇਖਾ ਠੀਕ ਹੋ ਜਾਵੇ ਤੇ ਦੇਣ ਨੂੰ ਵੀ ਤਿਆਰ ਬੈਠੇ ਹਾਂ। ਕਹਿੰਦੇ ਮੈਂ ਜਾਣਦਾ ਮੇਰਾ ਲੇਖਾ ਠੀਕ ਨਹੀਂ ਨਿਕਲਦਾ, ਲਿਖ ਦਿੱਤਾ ਭਗਤ ਕਬੀਰ ਸਾਹਿਬ ਜੀ ਨੇ। ਕਹਿੰਦੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਬਾਕੀ ਮੈਣਾ ਬਚਿਆ ਹੋਇਆ। ਜਦੋਂ ਤੁਸੀਂ ਇੱਕ ਬੰਨੇ ਵੱਟਾ ਪਾਉਂਦੇ ਹੋ ਨਾ ਤਾਂ ਬਾਕੀ ਵਾਲੇ ਬੰਨੇ ਵਸਤੂ ਪਾਉਂਦੇ ਹੋ। ਕਹਿੰਦੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਮੇਰੇ ਪੁੰਨਾਂ ਵਾਲੇ ਵੱਟੇ ਨਾਲੋਂ ਮੇਰੇ ਪਾਪਾਂ ਦਾ ਵੱਟਾ ਵੱਧ ਹੋ ਜਾਣਾ, ਉਹਨੇ ਨੀਵਾ ਹੋ ਜਾਣਾ ਤੇ ਨੀਵੀ ਵਸਤੂ ਨੂੰ ਵੱਧ ਗਿਣਿਆ ਜਾਂਦਾ। ਬਾਕੀ ਨਿਕਸੀ ਭਾਰੀ ਅੱਗੇ ਕੀ ਹੁੰਦਾ, ਪੰਚ ਕਿਰਸਾਨ ਵਾ ਭਾਗ ਗਏ ਲੈ ਬੰਦਿਓ ਜੀਓ ਦਰਬਾਰੀ। ਆਤਮਾ ਨੇ ਛਾਲ ਮਾਰੀ ਨਾਲ ਪੰਜ ਜਿਹੜੇ ਵਿਕਾਰ ਸੀ ਉਹਦੇ ਵਿੱਚੋਂ ਬਾਹਰ ਹੋ ਗਏ, ਤੇ ਲੇਖਾ ਵੀ ਉਹਨਾਂ ਦਾ ਹੋਣਾ ਚਾਹੀਦਾ ਸੀ ਪਰ ਲੇਖਾ ਮੁੜ ਕੇ ਮੇਰੀ ਜੀਵ ਆਤਮਾ ਦਾ ਹੋਇਆ ਤੇ ਲਿਖਿਆ ਲੇਖਾ ਵੀ ਕਿਸ ਤਰ੍ਹਾਂ ਹੋਇਆ। ਕਹਿੰਦੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਜੀਓ ਦਰਬਾਰੀ। ਆਖਿਆ ਉੱਥੇ ਪੰਜ ਵਿਕਾਰਤਾਂ ਵਿੱਚੋਂ ਗਏ ਭੱਜ ਤੇ ਮੇਰੀ ਜੀਵ ਆਤਮਾ ਨੂੰ ਅਗਲਿਆਂ ਨੇ ਘੁੱਟ ਕੇ ਬੰਨ ਲਿਆ ਮੈਨੂੰ ਜਿਵੇਂ ਥੰਮੇ ਨਾਲ ਕਿਸੇ ਨੂੰ ਬੰਨ ਲਈ। ਐਸਾ ਇਹ ਸ਼ਬਦ ਹੈ, ਆਪ ਜੀ ਇਸ ਸ਼ਬਦ ਨੂੰ ਸਰਵਟ ਕਰੋ। ਕਹਿਤ ਕਬੀਰ
Thank you.
Thank you.
ਬਹਾਦਰ ਸਿਮਰਿਆ ਕਰ ਨਾਨਕ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਹੀ ਪਾਸੇ ਜੋਤ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦੀਦਾਰ ਦਾ ਭਿਆੰਤਰ ਕੇ ਬੋਲੋ ਜੀ ਪੰਜਾ ਪਿਆਰਿਆਂ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਸੁਣ ਕੇ ਅੰਡੇ ਟਕੇਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆੰਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਧਿਆੰਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਪਤੇ ਬਿਰਦ ਕਟੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਪਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਬਾਂਧੇ ਰੱਖਿਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸੇ ਪੰਥ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ
ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਮਹਾਰਾਜ ਸਾਹਿਬ ਜੀਓ। ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ। ਸਤਿਗੁਰੂ ਜੀ, ਇਹ ਅਕਾਲ ਪੁਰਖ ਮਹਾਰਾਜ ਆਪ ਜੀ ਦੇ ਭੇਜੇ ਹੋਏ ਸੰਸਾਰੀ ਜੀ ਮਹਾਰਾਜ ਸੰਸਾਰ ਦੀ ਯਾਤਰਾ ਕਰਦੇ ਹੋਏ ਸਤਿਗੁਰੂ ਜੀ ਜੋ ਭਾਈ ਬਲਵਿੰਦਰ ਸਿੰਘ ਜੀ ਕੁਛ ਸਮਾਂ ਪਹਿਲਾਂ ਮਹਾਰਾਜ ਆਪਣੇ ਪਰਿਵਾਰ ਨੂੰ ਸਦੀਵੀ ਸਰੀਰਕ ਵਿਛੋੜਾ ਦੇ ਗਏ ਸਨ ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦੇ ਦਰ ਦੇ ਸੇਵਾਦਾਰ ਰਹੇ ਸਤਿਗੁਰੂ ਜੀ ਜੋ ਆਪ ਜੀ ਦੀ ਨਗਰੀ ਵਿੱਚ ਮਹਾਰਾਜ ਆਪ ਜੀਆਂ ਨੇ ਨਿਵਾਸ ਬਖਸ਼ ਕੀਤਾ ਸੀ ਸਤਿਗੁਰੂ ਜੀ। ਉਸ ਜਗ੍ਹਾ ਤੇ ਮਹਾਰਾਜ ਭਾਈ ਬਲਵਿੰਦਰ ਸਿੰਘ ਜੀ ਦੇ ਨਿਮਿਤ ਸਤਿਗੁਰੂ ਸਾਹਿਬ ਜੀਓ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ ਸਤਿਗੁਰੂ ਸਾਹਿਬ ਜੀਓ ਤੇ ਉਹਨਾਂ ਦੇ ਪਿਤਾ ਭਾਈ ਭਜਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਸਾਹਿਬ ਜੀਓ ਬਖਸ਼ੇ ਹੋਏ ਨਿਵਾਸ ਅਸਥਾਨ ਤੇ ਸਤਿਗੁਰੂ ਸਾਹਿਬ ਜੀਓ ਉਹਨਾਂ ਦੀ ਰੂਹ ਆਤਮਾ ਦੀ ਨਿਵਿਰਤੀ ਵਾਸਤੇ ਸਤਿਗੁਰੂ ਜੀ ਆਪ ਸੰਗਤ ਦੀ ਸੇਵਾ ਕਰਨ ਦੀ ਗੁਰੂ ਕੀ ਸੰਗਤ ਦੇ ਮੁਬਾਰਕ ਚਰਨ ਪਰਸਦਿਆਂ ਸਤਿਗੁਰੂ ਸਾਹਿਬ ਜੀਓ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਪ੍ਰਾਰੰਭ ਕਰਵਾਏ ਸਨ ਸਤਿਗੁਰੂ ਸਾਹਿਬ ਜੀਓ। ਪਾਵਨ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ ਹਜ਼ੂਰ, ਬਾਣੀ ਪੜ੍ਹਦਿਆਂ ਭੁੱਲਾਂ ਦੀ ਖਿਮਾ ਬਖਸ਼ਿਓ ਸਤਿਗੁਰੂ ਜੀ। ਪਰਿਵਾਰ ਵੱਲੋਂ ਆਪ ਜੀਆਂ ਨੂੰ ਸੁੱਚੇ ਪਛਾਕੇ ਭੇਟ ਕੀਤੇ ਗਏ, ਅੰਗੀਕਾਰ ਕਰਿਓ ਸੇਵਕਾਂ ਦੇ ਲੋਕ ਪਰਲੋਕ ਦੇ ਪੜ੍ਹਦੇ ਕੁਝ ਨੇ ਸਤਿਗੁਰੂ ਸਾਹਿਬ ਜੀਓ, ਇਹਨਾਂ ਦੀ ਰੂਹ ਆਤਮਾ ਦੇ ਨਿਮਿਤ ਸਤਿਗੁਰੂ ਸਾਹਿਬ ਜੀਓ ਆਪ ਜੀ ਦੀ ਹਜ਼ੂਰੀ ਵਿੱਚ ਪਾਵਨ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਸਤਿਗੁਰੂ ਸਾਹਿਬ ਜੀਓ। ਕੀਰਤਨ ਕਰਦਿਆਂ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਵਾਸਤੇ ਸ੍ਰੇਸ਼ਟ ਸਮਾਤ ਬਖਸ਼ਣੀ ਸਤਿਗੁਰੂ ਜੀ। ਸਮੁੱਚੀ ਸੰਗਤ ਦੀ ਤਿਲ ਪੁਲ ਭੇਟਾਂ ਹਾਜ਼ਰੀ ਕਿਰਪਰਵਾਨ ਕਰਿਓ ਸਤਿਗੁਰੂ ਸਾਹਿਬ ਜੀਓ। ਕਦਮ ਕਦਮ ਲੇਖੇ ਲਾਇਓ ਪੜ੍ਹੀ ਸੁਣੀ ਬਾਣੀ ਦਾ ਉਪਦੇਸ਼, ਹਰ ਜੀਵਾਤਮਾ ਦੇ ਮਨ ਹਿਰਦੇ ਵਿੱਚ ਵਸਾਇਓ ਸਤਿਗੁਰੂ ਜੀ। ਆਪ ਜੀਆਂ ਨੇ ਰਹਿਮਤ ਕਰਨੀ ਮਹਾਰਾਜ ਭਾਈ ਬਲਵਿੰਦਰ ਸਿੰਘ ਜੀਆਂ ਤੋਂ ਸੰਸਾਰ ਵਿੱਚ ਵਿਚਰਦਿਆਂ ਮਹਾਰਾਜ ਜੀਵਾਂ ਤੋਂ ਬੇਅੰਤ ਭੁੱਲਾਂ ਹੁੰਦੀਆਂ, ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕੇ ਸਤਿਗੁਰੂ ਜੀ ਆਪ ਜੀਆਂ ਨੇ ਆਪਣੇ ਚਰਨਾਂ ਦਾ ਨਿਵਾਸ ਇਹਨਾਂ ਨੂੰ ਬਖਸ਼ਿਸ਼ ਕਰਨਾ, ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਸਤਿਗੁਰੂ ਸਾਹਿਬ ਜੀਓ ਕੀਤੇ ਹੋਏ ਪੁੰਨ ਦਾਨ ਦਾ ਖੁੱਲਾ ਉਪਦੇਸ਼ ਇਹਨਾਂ ਦੀ ਰੂਹ ਆਤਮਾ ਨੂੰ ਬਖਸ਼ਿਸ਼ ਕਰਿਓ ਸਤਿਗੁਰੂ ਸਾਹਿਬ ਜੀਓ। ਆਪ ਜੀਆਂ ਨੇ ਮਹਾਰਾਜ ਪਿੱਛੇ ਸੰਬੰਧੀ ਪਰਿਵਾਰ ਨੂੰ ਸਤਿਗੁਰੂ ਜੀ ਸੰਗਤ ਨੂੰ ਮਹਾਰਾਜ ਭਾਣੇ ਵਿੱਚ ਰੱਖਣਾ, ਭਾਣਾ ਮੰਨਣ ਦਾ ਸਤਿਗੁਰੂ ਜੀ ਬਾਲ ਉਦਮ ਬਖਸ਼ਿਸ਼ ਕਰਨਾ, ਹਜੂਰ ਪਵਿੱਤਰਾ ਲਾਭ ਭੋਗ ਹਰਾਏ ਸਤਿਗੁਰੂ ਜੀ ਰਹਿਮਤ ਕਰੋ ਮਹਾਰਾਜ ਆਪਣੇ ਮਖਾਰ ਬਿੰਦ ਤੋਂ ਪਾਵਨ ਹੁਕਮ ਬਖਸ਼ ਕੇ ਮਹਾਰਾਜ ਸੰਗਤਾਂ ਦੇ ਹਿਰਦੇ ਚ ਵਿਛੋੜੇ ਦਾ ਦੁੱਖ ਦੂਰ ਕਰਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵਤ ਵਾਹਿਗੁਰੂ ਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਨੌਵਾਂ। ਆਪ ਮੈਂ ਕੌਣ ਉਪਾਉ ਕਰੋ, ਜੇ ਬਿਨ ਮਨ ਕੋ ਸੰਸਾ ਚੁਕੈ, ਭਉ ਨਿਤ ਪਾਰ ਪਰੋ। ਆਪ ਮੈਂ ਕੌਣ ਉਪਾਉ ਕਰੋ, ਜੇ ਬਿਨ ਮਨ ਕੋ ਸੰਸਾ ਚੁਕੈ, ਭਉ ਨਿਤ ਪਾਰ ਪਰੋ। ਰਹਾਉ ਜਨਮ ਪਾਏ ਕਛ ਭਲੋ ਨ ਕੀਨੋ,
ताते अधिक डर मन बाचक राम हार गुण नहीं गाए जह जी सोच तर गुरमत सुन कश ज्ञान न उपजो पास जो उदर परो कहो नानक प्रभ बिरद पहचाना तब हा पतत तर गुरमत सुन कश ज्ञान न उपजो पास जो उदर परो कहो नानक प्रभ बिरद पहचाना तब पदत करो वाहिगुरु जी का खालसा वाहिगुरु जी की फतेह। इन्हें माया नहीं देनी सो भाई बलविंदर सिंह जी जो उन्हां दे भतीजे चेयरमैन बजिंदर सिंह ढिल्लों बहुत इष्टकारियों चवर छत्र तखत मालक मेरे बहुत इष्टकारियों जथेदार गुरबचन सिंह जी करमवाला साहब जनरल सकत्तर श्रोमणी गुरुद्वारा प्रबंधक कमेटी तेजिंदर सिंह जी चीफ इंस्पैक्टर श्रोमणी गुरुद्वारा प्रबंधक कमेटी अमृतसर मुख्तार सिंह जी कुहाड़का मुख्य खजानची श्रोमणी गुरुद्वारा प्रबंधक कमेटी अमृतसर जस्सा सिंह जी सूरज सिंह जी सुखदेव सिंह मन गुरदयाल सिंह जी गुरविंदर सिंह जी के सारे गुरद्वारा इंस्पैक्टर मेरे फुफ्फड़ जी के नाल जिन्होंने बहुत लंबा समा लगाया अते सज बैठी गुरु प्यारी साध संगत जी सब तो पहला फतेह बुलाना वाहेगुरु जी का खालसा वाहेगुरु जी की फतेह। गुरबाणी दे विच सानू ये हर जगह लिखिया मिलता के जीवना झूठ मारना सच जिवें गुरु साहब कहिंदे जिहा चीनी लिखिया तेहे हुकम कमाए कले आवे नानका सदे उठ जाए। सो मेरे सत्कारयोग फुफ्फड़ जी इंस्पैक्टर बलविंदर सिंह संगतपुरी अपनी संसारिक यात्रा नूं भोगदे हुए गुरु चरणा विच जा भजे शायद जाना ते हरेक इंसान ने इस दुनिया तो पर एक सोच होती है कि कोई जान का टाइम होता पर सानू हमेशा अफसोस रहेगा कि उन्होंने कैंसर वर्गी नामराद बीमारी ने समय तो पहला अपनी जकड़ विच लै के गुरु महाराज के चरणों के विच भेज दिता। जान वाले नूं मोड़िया तो नहीं जा सकता पर उन्होंने पाए हुए पूर्णिया से जरूर चलिया जा सकता। जिसकी मैं एक मिसाल देना कि सरदार बलविंदर सिंह के घर
ਮੇਰੇ ਭੂਆ ਜੀ ਲਖਵਿੰਦਰ ਕੌਰ ਦੀ ਕੁੱਖੋਂ ਦੋ ਬੇਟਿਆਂ ਨੇ ਜਨਮ ਲਿਆ। ਵੱਡਾ ਬੇਟਾ ਮਨਜਿੰਦਰ ਸਿੰਘ ਜੋ ਇਸ ਟਾਈਮ ਅਮੈਰੀਕਾ ਦੇ ਵਿੱਚ USA ਦੇ ਵਿੱਚ, ਉਸਨੂੰ ਆਪਣੇ ਬਾਪ ਦੇ ਆਖਰੀ ਟਾਈਮ 'ਤੇ ਵੀ ਕਿ ਪ੍ਰਦੇਸ਼ਾਂ ਦੀਆਂ ਮਜ਼ਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ ਕਿ ਉਹਨੂੰ ਆਉਣ ਦਾ ਮੌਕਾ ਨਹੀਂ ਮਿਲਿਆ। ਉਹਨਾਂ ਦਾ ਦੂਸਰਾ ਬੇਟਾ ਅਰਵਿੰਦਰ ਸਿੰਘ, ਚਲੋ ਕਿ ਸਾਡੇ ਪਰਿਵਾਰ ਵਾਸਤੇ ਉਹਨਾਂ ਦਾ ਘਾਟਾ ਇੱਕ ਬਹੁਤ ਸਹਿਜ ਦੇ ਕਹਿ ਆ। ਦੂਜੀ ਬੰਨੇ ਸਾਨੂੰ ਮਾਣ ਵੀ ਆ ਕਿ ਜਿਹੜੇ ਪੁੱਤਨਾ ਨੇ ਉਹਨਾਂ ਦੀ ਸਿੱਖਿਆ ਲਈ ਉਹ ਸਾਨੂੰ ਆਸ ਵੀ ਆ, ਔਰ ਉਹਨਾਂ ਦਾ ਨਾਮ ਵੀ ਜਿੰਨਾ ਕੁ ਜੋ ਬਾਹਰ ਵੀ ਜਾ ਕੇ ਇੱਕ ਸੁਪੁੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਆ। ਔਰ ਅਰਵਿੰਦਰ ਸਿੰਘ ਇੱਥੇ ਆਪਣੇ ਮਾਤਾ ਜੀ ਦੇ ਨਾਲ ਜਿਹੜਾ 3-4 ਸਾਲ ਤੋਂ ਜਫਰ ਜਾਲਿਆ, ਇੰਨੀਆਂ ਅਰਦਾਸਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਔਰ ਕੋਈ ਹੌਸਪੀਟਲ ਅਸੀਂ ਛੱਡਿਆ ਨਹੀਂ ਕਿ ਜਿੱਥੇ ਉਹਨਾਂ ਨੂੰ ਨਾਲ ਲੈ ਕੇ ਗਏ ਹੈਗੇ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੱਚੇ ਵੀ ਇੱਥੇ ਆ ਗਿਆ ਕਾਲ, ਜਿਹੜੇ ਹੌਸਪੀਟਲ ਲੈ ਕੇ ਜਾਣਾ, ਬੇਨਤੀ ਕਰਨੀ ਡਾਕਟਰ ਸਾਹਿਬ ਸਾਡੇ ਬਾਪ ਨੂੰ ਬਚਾ ਦਿਓ, ਅਸੀਂ ਢੋਲ ਦਿਆਂਗੇ। ਪਰ ਇਹਨਾਂ ਸਵਾਸਾਂ ਦਾ ਕੀ ਬੋਲਣਾ ਇਹ ਆਪਾਂ ਵੀ ਜਾਣਦੇ ਹਾਂ। ਸੋ ਮੈਂ ਤੇ ਇਹੀ ਕਹੂੰਗਾ ਕਿ ਇੱਕ ਸਾਡੇ ਵਾਸਤੇ ਪਰਮਾਤਮਾ ਦਾ ਭਾਣਾ, ਆਪਣੇ ਸਾਰਿਆਂ ਵਾਸਤੇ ਇੱਕ ਬਹੁਤ ਵੱਡਾ ਭਾਣਾ। ਜਦੋਂ ਥੋੜ੍ਹੇ ਦਿਨ ਪਹਿਲਾਂ ਕਦੀ ਉੜੀਸਾ ਤੋਂ ਗੁਰਦੁਆਰਿਆਂ ਦੇ ਵਿੱਚੋਂ ਫੋਨ, ਕੋਈ ਬੋਂਬੇ ਤੋਂ ਜਾਂ ਦੂਰੋਂ ਦੁਰਾਡਿਓਂ ਹਰਿਆਣੇ ਤੋਂ, ਇਹ ਉਹਨਾਂ ਦਾ ਪਿਆਰ ਦੱਸਦਾ ਸੀ ਕਿ ਜ਼ਿਆਦਾ ਕਿਸੇ ਨਾਲ ਉੱਚੀ ਆਵਾਜ਼ 'ਚ ਗੱਲ ਨਹੀਂ ਕਰਨੀ, ਹਮੇਸ਼ਾ ਭਲੇ ਦੇ ਕੰਮ ਕਰਨੇ, ਹਮੇਸ਼ਾ ਸੇਵਾ ਲਈ ਤਤਪਰ ਰਹਿਣਾ, ਆਪਣੀ ਡਿਊਟੀ 'ਤੇ ਡਿਊਟੀ ਲਈ ਪਾਬੰਦ ਰਹਿਣਾ, ਇਹ ਉਹਨਾਂ ਦੀਆਂ ਮੁੱਖ ਨਿਸ਼ਾਨੀਆਂ ਸੀ। ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਦੀ ਮੱਥੇ 'ਤੇ ਤਿਊੜੀ ਪਾਉਂਦਿਆਂ ਔਰ ਢੈਂਦਿਆਂ ਨਹੀਂ ਦੇਖਿਆ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਸੀ। ਔਰ ਉਹ ਇਨਸਾਨ ਸਨ ਕਿਸੇ ਖੁਸ਼ੀ ਦੇ ਵਿੱਚ ਸ਼ਾਇਦ ਕਿਸੇ ਨਾਲ ਨਾ ਸ਼ਾਮਿਲ ਹੋਣ, ਪਰ ਗਮੀ ਦੇ ਵਿੱਚ ਸਾਰਿਆਂ ਦੇ ਨਾਲ ਸ਼ਾਮਿਲ ਹੁੰਦੇ ਰਹੇ ਆ। ਮਾੜੇ ਚੰਗੇ ਸਮੇਂ ਉਹਨਾਂ ਦੇ ਯਾਰਾਂ ਦੋਸਤਾਂ 'ਤੇ ਵੀ ਸਾਡੇ 'ਤੇ ਵੀ ਆਏ, ਪਰ ਸਾਡੇ ਨਾਲ ਚਕਾਣ ਵਾਂਗ ਉਹ ਖੜ੍ਹੇ ਰਹੇ। ਮੈਂ ਸਾਰੇ ਪਰਿਵਾਰ ਵੱਲੋਂ ਜਿੰਨੀ ਵੀ ਸਾਧ ਸੰਗਤ ਇੱਥੇ ਪਹੁੰਚੀ ਆ, ਉਹਨਾਂ ਨੂੰ ਪਹੁੰਚਣ 'ਤੇ ਜੀ ਐਂ ਵੀ ਕਰਦਾ ਔਰ ਧੰਨਵਾਦ ਵੀ ਕਹਿੰਦਾ ਕਿ ਤੁਸੀਂ ਸਾਡੇ ਘਰ ਆ ਕੇ ਸਾਡੇ ਦੁੱਖ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਆ। ਸਿਆਣੇ ਕਹਿੰਦੇ ਆ ਕਿ ਦੁੱਖ ਘਟਾਇਆ ਘੱਟਦਾ ਔਰ ਖੁਸ਼ੀ ਘਟਾਇਆ ਵੱਧਦੀ ਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਤਰਸੇਮ ਸਿੰਘ ਜੀ ਖੇਲਾ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਏ ਆ, ਜਿਹੜੀ ਉਹਨਾਂ ਦੇ ਨਾਲ ਬਹੁਤ ਲੰਬਾ ਸਮਾਂ ਵਿਚਰੇ ਆ। ਇਹ ਆਪ ਜੀ ਨੂੰ ਮੇਰੇ ਸਤਿਕਾਰਯੋਗ ਫੁੱਫੜ ਜੀ ਸਰਦਾਰ ਬਰਵਿੰਦਰ ਸਿੰਘ ਜੀ ਬਾਰੇ ਉਹਨਾਂ ਨੇ ਜਿੰਨੀ ਕੁ ਵੀ ਕੋਸ਼ਿਸ਼ ਰਹੀ ਆ ਕਿ ਉਹਨਾਂ ਨੇ ਜਿੰਨੇ ਕੁ ਨੇਕ ਕੰਮ ਕੀਤੇ ਆ ਉਹਨਾਂ ਬਾਰੇ ਸੀਮਿਤ ਸਮੇਂ ਦੇ ਵਿੱਚ ਦੱਸ ਕੇ ਆਪ ਜੀ ਕੋਲੋਂ ਖਿਮਾ ਮੰਗਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਕੇ ਸ਼ਬਦ ਅਵਤਾਰ ਅਤੀ ਤੇ ਬਿਰਾਜਮਾਨ ਔਰ ਤਖ਼ਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਭਾਈ
ਬਲਵਿੰਦਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ। ਸਕੇ ਸੰਬੰਧੀ ਸਨੇਹੀ ਰਿਸ਼ਤੇਦਾਰ ਮਿੱਤਰ ਦੋਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਡੇ ਇਲਾਕੇ ਦੇ ਨੁਮਾਇੰਦੇ ਜਨਰਲ ਸਕੱਤਰ ਸਰਦਾਰ ਗੁਰਬਚਨ ਸਿੰਘ ਜੀ ਕਰਮੋਲਾ ਸਾਹਿਬ, ਗੋਇੰਦਵਾਲ ਸਾਹਿਬ ਬੋਲੀ ਸਾਹਿਬ ਤੋਂ ਪੁੱਜੇ ਹੈਡਗੰਤੀ ਸਾਹਿਬਾਨ ਸਰਦਾਰ ਕੁਲਵੰਤ ਸਿੰਘ ਜੀ, ਚੀਫ ਗੁਰਦੁਆਰਾ ਇੰਸਪੈਕਟਰ ਸਰਦਾਰ ਤਜਿੰਦਰ ਸਿੰਘ ਜੀ, ਗੁਰਦੁਆਰਾ ਇੰਸਪੈਕਟਰ ਮੌਜੂਦਾ ਅਤੇ ਸਾਬਕਾ ਸੁਪਰਵਾਈਜ਼ਰ ਸਾਹਿਬਾਨ, ਖਜ਼ਾਨਚੀ ਸਾਹਿਬਾਨ ਅਤੇ ਹੋਰ ਵੀ ਪੁੱਜੇ ਅਧਿਕਾਰੀ, ਮੇਰੀਆਂ ਬੀਬੀਆਂ, ਮਾਤਾਵਾਂ, ਭੈਣਾਂ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਤ ਕੁਦਰਤ ਦਾ ਇੱਕ ਅਟਲ ਨਿਯਮ ਹੈ ਜੋ ਹਰੇਕ ਹੀ ਇਨਸਾਨ ਦੇ ਉੱਤੇ ਆਪਣਾ ਅਸਰ ਕਰਦੀ ਹੈ, ਕਿਉਂਕਿ ਮਰਨ ਲਿਖਾਏ ਮੰਡਲ ਮਹਿ ਆਏ। ਆਪਣਾ ਮਰਨਾ ਲਿਖਾ ਕੇ ਤੇ ਫਿਰ ਇਨਸਾਨ ਧਰਤੀ ਤੇ ਪੁੱਜਦਾ ਹੈ। ਮੇਰੇ ਵੀਰ ਜੀ ਨੇ ਉਹਨਾਂ ਦੇ ਜਾਣ ਤੇ ਦੁੱਖ ਮਹਿਸੂਸ ਬਹੁਤ ਉਹਨਾਂ ਦੇ ਹਿਰਦੇ ਵਿੱਚ ਹੈ ਤੇ ਹੁੰਦਾ ਵੀ ਹੈ। ਜਿੰਨਾ ਵੀ ਕੋਈ ਸਨੇਹੀ ਨੇੜੇ ਹੋਵੇ ਉਹਨਾਂ ਉਸ ਨੂੰ ਵੱਧ ਤੋਂ ਵੱਧ ਦੁੱਖ ਹੁੰਦਾ ਹੈ। ਪਰ ਗੁਰੂ ਪਿਆਰਿਓ, ਕੀਤਾ ਕਰਨਾ ਸਰਬ ਰਜਾਈ, ਇਸ ਕੀਤਾ ਜੇ ਕਰ ਸਕੀਐ ਆਪਣਾ ਕੀਤਾ ਇਸ਼ੂ ਨਾ ਹੋਵੇ, ਜਿਉਂ ਹਰ ਭਾਵੇ ਤੋਂ ਰੱਖੀਐ। ਮੇਰੇ ਹਰ ਜੀਓ, ਸਭ ਕੋਲ ਤੇਰੇ ਵਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰਮ ਸਕ ਹੈ ਜੋ ਭਾਵੈ ਤੇਰੇ ਵਸ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਉਹ ਗੁਰੂ ਪਿਆਰਿਓ ਕਈ ਵਾਰ ਐਸੀਆਂ ਖੇਡਾਂ ਵਰਤਾ ਦਿੰਦਾ ਹੈ ਕਿ ਆਪਾਂ ਘਰ ਵਿੱਚ ਬੈਠੇ ਮਤਾ ਪਕਾਉਂਦੇ ਹਾਂ ਕਿ ਆਪਾਂ ਸਲਾਹ ਮਸ਼ਵਰਾ ਕਰਦੇ ਹਾਂ ਕਿ ਆਪਾਂ ਕਹਿੰਦੇ ਪਾਸੇ ਤੋਂ ਜਾਣਾ, ਪਰ ਪਾਸ਼ਾ ਸਵੇਰ ਵੇਲੇ ਐਸੀ ਖੇਡ ਵਰਤਾ ਦਿੰਦਾ ਹੈ ਕਿ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾ, ਕਿਉਂਕਿ ਖਿੰਦ ਮੈਂ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ। ਇਹ ਉਹਦੇ ਵਿੱਚ ਸ਼ਕਤੀ ਹੈ, ਇਹ ਉਹਦੇ ਕੋਲ ਤਾਕਤ ਹੈ ਕਿ ਉਹ ਬਣਾ ਨਹੀਂ ਸਕਦਾ ਖਿੰਦ ਵਿੱਚ ਤੇ ਢਾ ਨਹੀਂ ਸਕਦਾ। ਖਿੰਦ ਮੈਂ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ, ਸਿਆਣਪ ਕਾਹੂ ਕਾਮਨਾਤ, ਜੋ ਅਧ ਰੂਪੇ ਉਹ ਠਾਕਰ ਮੇਰੇ ਹੋਏ ਰਹੀ। ਉਹ ਬਾਤ ਉਹ ਕੁਝ ਸੰਸਾਰ ਤੋਂ ਹੁੰਦਾ ਹੈ, ਕਿਉਂਕਿ ਧੰਨ ਸਰੰਗਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ, ਮੋਹਲਤ ਪੁਨੀ ਪਾਈ ਭਰੀ ਜਾਨੀ ਵਾਲਾ ਘੱਟ ਚਲਾਇਆ। ਜਦੋਂ ਮੋਹਲਤ ਮੁੱਕੀ ਨਾ, ਦਿਨ ਮੁੱਕਿਆ, ਸ਼ਵਾਸ ਮੁੱਕਿਆ, ਉਮਰਾਂ ਦੀ ਭਰੀ ਪਿਆਲੀ ਭਰ ਗਈ ਤੇ ਫਿਰ ਅੰਦਰ ਸਰੀਰ ਦੇ ਸਾਡੇ ਬੈਠਾ ਹੈ ਨਾ, ਇਸ ਨੂੰ ਅੱਗੇ ਲਾ ਲਿਆ ਜਾਂਦਾ। ਮੋਹਲਤ ਪੁਨੀ ਪਈ ਭਾਰੀ ਜਾਨੀ ਵਾਲਾ ਘੱਟ ਚਲਾਇਆ, ਕਿਉਂਕਿ ਸੰਸਾਰ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਸਾਡਾ ਕੋਈ ਵੀ ਮਿੱਤਰ ਪਿਆਰਾ ਛੋਟਾ ਵੱਡਾ ਬੱਚਾ ਕੋਈ ਉਸਦੀ ਮੌਤ ਨਾ ਹੋਵੇ। ਪਰ ਗੁਰੂ ਪਿਆਰੋ ਐਸਾ ਨਹੀਂ, ਕਿਉਂਕਿ ਜੋ ਬੁਝਿਓ ਸੋ ਬਿਨਸ ਹੈ। ਪਰ ਆਦ ਕੇ ਕਾਲ ਐਸਾ ਵੀ ਹੁੰਦਾ ਹੈ ਕਈ ਵਾਰ ਕਿ ਕੋਈ ਹਕੀਮ ਵੈਦ ਡਾਕਟਰ ਇਹ ਗੱਲ ਕਹਿ ਦਿੰਦਾ ਹੈ ਕਿ ਆਹ ਜਿਹੜਾ ਪੇਸ਼ੈਂਟ ਹੈ, ਆਹ ਜਿਹੜਾ ਰੋਗ ਹੈ, ਮੈਂ ਇਸ ਨੂੰ ਦੂਰ ਕਰਨ ਸਮਰੱਥਾ ਰੱਖਦਾ ਹਾਂ, ਮੈਂ ਇਸ ਨੂੰ ਦੂਰ ਕਰ ਦਿਆਂਗਾ, ਕਿਉਂਕਿ ਅਮਰੀਕਾ ਤੋਂ ਪੜ੍ਹ ਕੇ ਆਇਆ, ਬੜੇ ਦੂਰੋਂ ਪੜ੍ਹ ਕੇ ਆਇਆ। ਪਰ ਪਾਤਸ਼ਾਹ ਕਹਿੰਦੇ ਨਹੀਂ ਹੋਏ, ਫਰੀਦਾ ਵੈਦ ਕਹੇ ਹੋਈ ਭਲਾ, ਦਾਰੂ ਮੇਰੇ ਬਸ। ਪਰ ਪਾਤਸ਼ਾਹ ਕਹਿੰਦੇ ਨੇ ਇਹ ਤੂੰ ਬਸ ਗੋਪਾਲ ਕੀ ਤੇ ਵਪਾਵੇ ਲੈ ਖਾਸ ਲੈ ਸਕਦਾ ਲਿਜਾ ਸਕਦਾ। ਭਾਈ ਬਲਵਿੰਦਰ ਸਿੰਘ ਜੀ ਜਿਹਨਾਂ ਦੀ ਮੌਤ ਹੋਈ ਹੈ, ਨਵਾਂ ਸਮਾਂ ਉਹਨਾਂ ਨੇ ਨਾਮ ਮਾਰਾ ਬਿਮਾਰੀ ਦੇ ਵਿੱਚ ਘਰ ਨਾ ਘਰ ਦੀ ਪਰਿਵਾਰ ਨੇ ਬਹੁਤ ਉਹਨਾਂ ਦੀ ਦੇਖਭਾਲ ਕੀਤੀ ਹੈ। ਜੇ ਵੀਰ ਜੀ ਦੱਸ ਰਹੇ ਸਨ, ਜਿੱਥੇ ਵੀ ਉਹਨਾਂ ਨੂੰ ਦੱਸ ਪਈ, ਜਿੱਥੇ ਵੀ ਜਾਣ ਦੀ ਲੋੜ ਪਈ, ਉੱਥੇ ਪੁੱਜੇ, ਪੁੱਜ ਕੇ ਉਹਨਾਂ ਦਾ ਇਲਾਜ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ। ਪਰ ਗੁਰੂ ਕੇ ਪਿਆਰੋ, ਜਿੰਨੀ ਕੁ ਉਹਨਾਂ ਦੀ ਉਮਰ ਸੀ ਜਾਂ ਜਿੰਨੇ ਕੁ ਸਵਾਸਾਂ ਸਨ, ਉਹ ਗੁਰੂ ਪਿਆਰੇ ਉਹਨਾਂ ਨੇ ਪੂਰੇ ਕੀਤੇ ਨੇ। ਭਾਈ ਬਲਵਿੰਦਰ ਸਿੰਘ ਜੀ ਇੱਕ ਮਿਲਾਪੜੇ ਸੁਭਾਅ ਵਾਲੇ, ਆਪਣੀ ਡਿਊਟੀ ਜਿਹੜੀ ਹੈ ਬੜੀ ਲਗਨ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਕਰਨ ਵਾਲੇ ਸਨ, ਜਿਨ੍ਹਾਂ ਨੇ ਕਾਫੀ ਲੰਮਾ ਸਮਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੀ ਡਿਊਟੀ ਕੀਤੀ ਹੈ। ਹੁਣ ਬਤੌਰ ਗੁਰਦੁਆਰਾ ਸਪਾਈਟ ਦੀ ਡਿਊਟੀ ਕਰ ਰਹੇ ਸਨ, ਅਚਾਨਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਗਿਆ ਹੈ, ਉਹਨਾਂ ਨੂੰ ਇਸ ਸੰਸਾਰ ਤੋਂ ਜਾਣਾ ਪੈ ਗਿਆ ਹੈ। ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੇ ਤੇਰਾ ਭਾਣਾ। ਇਹ ਉਸਦਾ ਹੁਕਮ ਹੈ, ਇਹ ਉਸਦਾ ਭਾਣਾ ਹੈ। ਉਹ ਗੁਰੂ ਪਿਆਰੇ ਜਿੱਥੇ ਇਸ ਪਰਿਵਾਰ ਨੂੰ ਘਾਟਾ ਪਿਆ, ਉਸ ਭਾਈ ਬਲਵਿੰਦਰ ਸਿੰਘ ਜੀ ਦਾ ਉਹਨਾਂ ਦੇ ਨਾਂ ਦੇ ਨਾਲ ਸੰਗਤਪੁਰੀ ਲਾਇਆ ਜਾਂਦਾ ਸੀ, ਬਲਵਿੰਦਰ ਸਿੰਘ ਸੰਗਤਪੁਰੀ, ਜੋ ਉਹਨਾਂ ਦਾ ਪਿੰਡ ਹੋਣ ਕਰਕੇ ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਐਸੇ ਆਦਮੀ ਦਾ, ਇਮਾਨਦਾਰ ਆਦਮੀ ਦਾ, ਜੋ ਕਿ ਲਗਨ ਦੇ ਨਾਲ ਮਿਹਨਤ ਦੇ ਨਾਲ ਡਿਊਟੀ ਕਰਦਾ ਸੀ, ਉੱਥੇ ਗੁਰੂ ਦੇ ਪਿਆਰੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਘਾਟਾ ਪਿਆ ਹੈ। ਅਸੀਂ ਉਸ ਧਰਤੀ ਤੇ ਸਤਿ ਸ਼੍ਰੀ ਹੁੰਦੇ ਹੋਏ ਖਿਮਾ ਦੇ ਜਾਗਤ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਖਸ਼ੀਸ਼ ਸਿੰਘ ਜੀ ਬਿੱਟੂ ਪਿੰਡ ਰਕਸਰ ਤੋਂ ਪਹੁੰਚੇ ਆ, ਉਹਨਾਂ ਦਾ ਵੀ ਇਸ ਟਾਈਮ 'ਤੇ ਸਾਡੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਣ 'ਤੇ ਉਹਨਾਂ ਨੂੰ ਜੀ ਆਇਆਂ ਔਰ ਧੰਨਵਾਦ ਕਰਦਾ। ਸਮਾਂ ਬਹੁਤ ਸੀਮਤ ਆ, ਕਿਉਂਕਿ ਅਸੀਂ ਬਹੁਤ ਲੰਬਾ ਟਾਈਮ ਆਪਣੇ ਬਚਪਨ ਜਿਹੜਾ ਸਾਡਾ ਉਹਨਾਂ ਦੇ ਹੱਥਾਂ ਦੇ ਵਿੱਚ, ਦੱਸਣ ਨੂੰ ਬਹੁਤ ਕੁਝ ਗੱਲਾਂ। ਪਰ ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਗੁਰਬਚਨ ਸਿੰਘ ਜੀ ਕਰਮੂਵਾਲਾ ਸਾਹਿਬ, ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਉਹਨਾਂ ਦੇ ਕੋਲ ਜ਼ਰੂਰੀ ਜਿਹੇ ਸੀ, ਸੋ ਉਹਨਾਂ ਨੇ ਜਾਣਾ ਸੀ, ਇਸ ਕਰਕੇ ਮੈਂ ਪਹਿਲਾਂ ਦੋ ਤਿੰਨ ਉਹਨਾਂ ਨੂੰ ਬੇਨਤੀਆਂ ਕਰਾਂਗਾ, ਉਸ ਤੋਂ ਬਾਅਦ 'ਚ ਉਹਨਾਂ ਨੂੰ ਸਟੇਜ 'ਤੇ ਬੁਲਾਵਾਂਗਾ। ਕਰਮੂਵਾਲਾ ਸਾਹਿਬ ਬਲਵਿੰਦਰ ਸਿੰਘ ਸੰਗਤਪੁਰੀ ਇੱਕ ਉਹ ਨਾਮ ਸੀ ਜਿਹਨੇ ਤੁਹਾਡੇ ਔਖੇ ਸੌਖੇ ਟਾਈਮ ਦੇ ਵਿੱਚ ਤੁਹਾਡਾ ਸਾਥ ਦਿੱਤਾ, ਜਿਹੜਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ, ਉੱਥੇ ਚਾਹੇ ਆਪ ਜੀ ਦਾ ਸਿਆਸੀ ਜੀਵਨ ਹੋਵੇ, ਚਾਹੇ ਆਪ ਜੀ ਦਾ ਧਾਰਮਿਕ, ਹਰੇਕ ਤਰ੍ਹਾਂ ਦੇ ਨਾਲ ਸਾਡੀ ਨੌਲੇਜ ਮੁਤਾਬਕ ਆਪ ਜੀ ਦੇ ਨਾਲ ਉਹ ਵਿਚਰਦੇ ਰਹੇ ਔਰ ਹਮੇਸ਼ਾ ਉਹ ਤੁਹਾਡੇ 'ਤੇ ਮਾਣ ਕਰਦੇ ਸੀ ਕਿ ਇਹਨਾਂ ਗੁਰਧਾਮਾਂ ਦੀ ਸੇਵਾ ਕਰਦਿਆਂ ਅਗਰ ਕੋਈ ਗਲਤੀ ਹੋ ਵੀ ਜਾਂਦੀ ਆ, ਪਰਮਾਤਮਾ 'ਤੇ ਖਿਮਾ ਦਾ ਜਾਚਕ ਆ, ਪਰ ਇੱਕ ਤੁਹਾਡਾ ਬਹੁਤ ਵੱਡਾ ਆਸ਼ੀਰਵਾਦ ਉਹਨਾਂ ਦੇ ਸਿਰ 'ਤੇ ਸੀ। ਸੋ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਉਹ ਅਦਾਰਾ ਕਿ ਜਿਹੜੇ ਲੱਖਾਂ ਪਰਿਵਾਰਾਂ ਦੇ ਪੇਟ ਪਾਲ ਰਿਹਾ, ਕਿਉਂਕਿ ਮੈਨੂੰ ਯਾਦ ਆ ਦੋ ਕੁ ਦਿਨ 'ਤੇ ਮੈਂ ਵੀ ਉਹਨਾਂ ਦੇ ਨਾਲ ਆਪਣੇ ਬੱਬਰ ਜੀ ਦੇ ਨਾਲ ਲਵਾਏ ਸੀ, ਕੈਂਸਰ ਪੀੜਤਾਂ ਵਾਸਤੇ ਚੈੱਕ ਵੰਡਣ ਦੀ ਡਿਊਟੀ ਪਰਮਾਤਮਾ ਨੇ ਸ਼ਾਇਦ ਲਾਸਟ ਟਾਈਮ ਤੱਕ ਮੁੜ ਕੇ ਉਹਨਾਂ ਦੀ ਲਗਾ ਰੱਖੀ, ਔਰ ਜਿਸ ਪਰਿਵਾਰ ਦੇ ਵਿੱਚ ਜਾਣਾ ਉਹਨਾਂ ਨੂੰ ਚੈੱਕ 'ਤੇ ਦੇਣਾ, ਨਾਲ ਜਿਹੜਾ ਦਿਲਾਸਾ ਦੇਣਾ, ਹੌਸਲਾ ਦੇਣਾ, ਕੀ ਪਤਾ ਸੀ ਕਿ ਉਹੀ ਨਾਮਰਾਦ ਬਿਮਾਰੀ ਜਿਹੜੀ ਆ ਉਹ ਮੈਨੂੰ ਆਪਣੇ ਪੰਜੇ ਦੇ ਵਿੱਚ ਲੈ ਲਵੇਗੀ। ਸੋ ਮੈਂ ਆਪ ਜੀ ਨੂੰ ਸਮੂਹ ਪਰਿਵਾਰ ਵੱਲੋਂ, ਆਪਣੇ ਵੱਲੋਂ ਇੱਕ ਬੇਨਤੀ ਕਰੂੰਗਾ ਕਿ ਸਮੁੰਦਰ ਦੇ ਵਿੱਚੋਂ ਜੇ ਇੱਕ ਚਿੜੀ ਚੁੰਝ ਭਰ ਕੇ ਲੈ ਜਾਏ ਤਾਂ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਚਲੋ ਜਾਣ ਵਾਲੇ ਚਲੇ ਗਏ, ਉਹਨਾਂ ਨੂੰ ਮੋੜਿਆ ਨਹੀਂ ਜਾ ਸਕਦਾ, ਮੈਂ ਅੱਗੇ ਵੀ ਕਿਹਾ, ਪਰ ਅਸੀਂ ਵੀ ਕਹਿੰਦੇ ਕਿ ਚਲੋ ਜੋ ਉਹਨਾਂ 'ਤੇ ਖਰਚ ਜਿਸ ਤਰ੍ਹਾਂ ਵੀ ਲੱਗ ਗਿਆ, ਪਰਮਾਤਮਾ ਉਹਨਾਂ ਨੂੰ ਲੰਬੀ ਜ਼ਿੰਦਗੀ ਬਖਸ਼ਦਾ, ਉਹ ਉਸਨੂੰ ਪੂਰਾ ਕਰ ਲੈਂਦੇ। ਪਰ ਪਿੱਛੇ ਬੱਚਿਆਂ 'ਤੇ ਵੱਡੀ ਜ਼ਿੰਮੇਵਾਰੀ ਆ ਜੋ ਇਹਨਾਂ ਨੂੰ
ਆਪਣੇ ਪਾਲਣ ਪੋਸ਼ਣ ਤੇ ਆਪਣੇ ਪਰਿਵਾਰ ਤੇ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਤੇ ਬਹੁਤ ਥੋੜਾ ਟਾਈਮ ਲੱਗੇਗਾ। ਆਪ ਜੀ ਨੂੰ ਬੇਨਤੀ ਕਰਦਾ ਕਿ ਆਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਉਸ ਅਹੁਦੇ ਤੇ ਵਿਰਾਜਮਾਨ ਹੋ ਕਿ ਆਪ ਜੋ ਵੀ ਉੱਥੋਂ ਮਤਾ ਪਾ ਦਿਓ ਜਾਂ ਇੱਥੋਂ ਬੋਲ ਦਿਓ, ਤੁਹਾਡੇ ਕਹੇ ਹੋਏ ਬੋਲ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੀ ਵੀ ਉਹ ਤੁਹਾਨੂੰ ਮਨਾ ਨਹੀਂ ਕਰਨਗੇ। ਸੋ ਆਪ ਜੀ ਨੂੰ ਬੇਨਤੀ ਕਰੂੰਗਾ, ਇੱਕ ਤਾਂ ਸਰਦਾਰ ਬਲਵਿੰਦਰ ਸਿੰਘ ਜੀ ਦਾ ਬੇਟਾ ਰਵਿੰਦਰ ਸਿੰਘ ਸਿੱਖੀ ਸਰੂਰ ਦੇ ਵਿੱਚ ਸੱਜਿਆ ਹੋਇਆ, ਉਹਨੂੰ ਪਹਿਲੀ ਗੱਲ ਤਾਂ ਸਾਡੀ ਮੰਗ ਆ, ਕਿਉਂਕਿ ਅਸੀਂ ਕੀ ਸਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ, ਚਲੋ ਬਲਵਿੰਦਰ ਸਿੰਘ ਤਾਂ ਨਹੀਂ ਰਹੇ, ਸਰਦਾਰ ਅਰਵਿੰਦਰ ਸਿੰਘ ਸੰਗਤਪੁਰੀ ਕਹਿ ਕੇ ਉਹਨੂੰ ਬੋਲਣ, ਉਹਨੂੰ ਚੰਗੇ ਅਹੁਦੇ 'ਤੇ ਨਵਾਜੋ। ਦੂਸਰੀ ਬੇਨਤੀ ਇਹ ਕਰੂੰਗਾ ਕਿ ਅਗਰ ਹੋ ਨਹੀਂ ਸਕੇ ਆਪ ਕਰ ਵੀ ਸਕਦੇ ਹੋ ਕਿ ਪਰਿਵਾਰ ਦੀ ਵੱਧ ਤੋਂ ਵੱਧ ਜੋ ਵੀ ਮਾਲੀ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋ ਸਕਦੀ ਆ, ਸਾਨੂੰ ਆਸ ਆ ਕਿ ਤੁਸੀਂ ਇਹ ਜ਼ਰੂਰ ਕਰੋਗੇ। ਆਪ ਜੀ ਨੂੰ ਇਹਨਾਂ ਹੀ ਸ਼ਬਦਾਂ ਦੇ ਨਾਲ ਸਟੇਜ 'ਤੇ ਬੁਲਾਉਣਾ, ਆਓ ਸੰਗਤ ਦੇ ਰੂਪ ਨੂੰ ਅੱਗੇ ਸੰਗਤ ਦੇ ਦਰਸ਼ਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਜੀਵ ਵਿੱਚ ਬੈਠੀ ਗੁਰੂ ਸਤਸੰਗ ਜੀ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੇ ਹਾਂ, ਪਰੰਤੂ ਬਹੁਤ ਹੀ ਦੁੱਖਦਾਈ ਸਮੇਂ ਵਿੱਚ ਇਕੱਤਰ ਹੋ ਕੇ ਬੈਠੇ। ਅੱਜ ਤੋਂ ਕੁਝ ਦਿਨ ਪਹਿਲਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਗੁਰਦੁਆਰਾ ਇੰਸਪੈਕਟਰ ਸੇਵਾ ਨਿਭਾ ਰਹੇ ਸਨ, ਉਹਨਾਂ ਨੂੰ ਇਸ ਸੰਸਾਰ ਤੋਂ ਮਾਲਕ ਦੇ ਹੁਕਮ ਅਨੁਸਾਰ ਜਾਣਾ ਪਿਆ। ਸੰਗਤ ਜੀ, ਕੁਦਰਤ ਦਾ ਪਰਮਾਤਮਾ ਦਾ ਅਸੂਲ ਹੈ, ਜੋ ਵੀ ਸੰਸਾਰ 'ਤੇ ਆਇਆ ਇੱਥੋਂ ਸਭ ਨੂੰ ਜਾਣਾ ਪੈਣਾ, ਸਭ ਨਾ ਮਰਨਾ ਆਇਆ, ਵਿਛੋੜਾ ਸਭ ਨਾ ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਦੇਣਾ। ਬਾਦਸ਼ਾਹ ਸਾਹਿਬ ਵਪਾਰੀ ਮਰਨਾ ਜੋ ਦੀਸੇ ਸੋ ਕਾਲੇ ਕਰਨ, ਮਨ ਲਿਖਾਏ ਵੰਡਣ ਮੈਂ ਆਏ। ਸੰਗਤ ਜੀ, ਸੰਸਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਮੌਤ ਦਾ ਸਮਾਂ ਹੈ ਉਹ ਪਹਿਲਾਂ ਲਿਖ ਦਿੱਤਾ ਜਾਂਦਾ ਹੈ। ਇਸ ਮੌਤ ਦਾ ਕਿਸੇ ਤੋਂ ਕੋਈ ਹੱਦ ਤੱਕ ਇਲਾਜ ਨਹੀਂ ਹੋ ਸਕਿਆ, ਭਾਵੇਂ ਸ਼ਕਤੀਵਾਨ ਲੋਕਾਂ ਨੂੰ ਦੱਸ ਵੀ ਦਿੱਤਾ ਗਿਆ ਕਿ ਤੇਰੀ ਇਸ ਸਮੇਂ ਵਿੱਚ ਮੌਤ ਹੋਣੀ ਹੈ। ਬੜੇ ਯਤਨ ਕੀਤੇ ਉਹਨਾਂ ਨੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹ ਵੀ ਇਸ ਤੋਂ ਨਹੀਂ ਬਚ ਸਕੇ। ਭਾਵੇਂ ਸੰਤ ਹੋਵੇ, ਸਾਧੂ ਹੋਵੇ, ਫਕੀਰ ਹੋਵੇ, ਬਾਦਸ਼ਾਹ ਹੋਵੇ, ਵਜ਼ੀਰ ਹੋਵੇ, ਕੋਈ ਹੋਵੇ, ਇਹ ਇਸ ਮੌਤ ਤੋਂ ਕੋਈ ਨਹੀਂ ਬਚ ਸਕਿਆ। ਪਰੰਤੂ ਕੋਈ ਸੰਸਾਰ ਦੇ ਵਿੱਚ ਪਰਿਵਾਰ ਦੇ ਵਿੱਚੋਂ ਪੂਰੀ ਉਮਰ ਭੋਗ ਕੇ ਜਾਵੇ ਨਾ, ਬਜ਼ੁਰਗ ਹੋ ਕੇ ਵੀ ਜਾਵੇ, ਉਹਦੇ ਜਾਣ ਦਾ ਵੀ ਬੜਾ ਦੁੱਖ ਹੁੰਦਾ, ਜੋ ਬੜਾ ਵਿਛੋੜੇ ਦਾ ਵੱਡਾ ਡਾਢਾ ਦੁੱਖ ਹੁੰਦਾ। ਪਰ ਜਿਹੜਾ ਸਮੇਂ ਤੋਂ ਪਹਿਲਾਂ ਚਲੇ ਜਾਵੇ, ਛੋਟੀ ਉਮਰ 'ਚ ਚਲੇ ਜਾਵੇ, ਹਾਲੀ ਇਹ ਸਰਵਿਸ ਕਰ ਰਿਹਾ ਸੀ, ਰਿਟਾਇਰ ਨਹੀਂ ਸੀ ਹੋਇਆ, ਸੋ ਬੜਾ ਸਮੇਂ ਤੋਂ ਪਹਿਲਾਂ ਗਿਆ, ਸਮੇਂ ਤੋਂ ਜਾਣ ਤੋਂ ਜਾਣ ਵਾਲੇ ਇਨਸਾਨ ਦਾ ਬਹੁਤ ਭਾਰੀ ਦੁੱਖ ਹੁੰਦਾ, ਬਹੁਤ ਵੱਡਾ ਦੁੱਖ ਹੁੰਦਾ। ਮੈਨੂੰ ਹੁਣੇ ਪਤਾ ਲੱਗਾ ਕਿ ਉਹਨਾਂ ਦੇ ਮਾਤਾ ਜੀ ਵੀ ਸੰਸਾਰ ਦੇ ਵਿੱਚ ਹੈਗੇ ਨੇ। ਸੰਗਤ ਜੀ, ਮਾਪਿਆਂ ਦੇ ਹੁੰਦਿਆਂ ਪੁੱਤਰ ਦਾ ਚਲੇ ਜਾਣਾ ਬਹੁਤ ਵੱਡਾ ਦੁੱਖਦਾਇਕ, ਬਹੁਤ ਵੱਡਾ ਦੁੱਖ ਹੈ। ਮਾਵਾਂ ਅਤੇ ਬੱਚਿਆਂ ਦਾ, ਪੁੱਤਰਾਂ ਦਾ, ਇੱਕ ਤਾਂ ਲੇਟ ਉੱਠਣ ਨਾ, ਲੇਟ ਸਮੇਂ ਸਿਰ ਨਾ ਉੱਠਣ, ਉਦੋਂ ਵੀ ਮਾਵਾਂ ਦੀ ਜਾਨ ਨਿਕਲ ਜਾਂਦੀ ਹੈ ਕਿ ਮੇਰਾ ਪੁੱਤਰ ਲੇਟ ਕਿਉਂ ਉੱਠਿਆ। ਪਰ ਜਿਹੜਾ ਸੰਸਾਰ ਦੇ ਵਿੱਚੋਂ ਮਾਵਾਂ ਦੇ, ਮਾਪਿਆਂ ਦੇ ਹੁੰਦਿਆਂ ਚਲੇ ਜਾਣਾ,
ਉਹਦਾ ਦੁੱਖ ਫਿਰ ਉਹੀ ਜਾਣਦੇ ਆ, ਉਹ ਕੌਣ ਜਾਣਦਾ। ਇਸੇ ਤਰ੍ਹਾਂ ਉਹਦੀ ਜੋ ਧਨੁਸ ਪਤਨੀ ਹੈ ਸਾਡੀ ਭੈਣ, ਜਿਹਦੇ ਸਿਰ ਤੋਂ ਅੱਜ ਉਹਨਾਂ ਦਾ ਸਾਈਂ ਚਲੇ ਗਿਆ, ਬੜਾ ਵੱਡਾ ਦੁੱਖ ਹੈ, ਬੜੀ ਵੱਡੀ ਤਕਲੀਫ ਹੈ। ਕੀ ਕਰ ਸਕਦੇ ਹਾਂ, ਉਹਨਾਂ ਦੇ ਜੋ ਭੈਣ ਨੇ, ਜੋ ਉਹਨਾਂ ਦੇ ਭਰਾ ਨੇ, ਰਿਸ਼ਤੇਦਾਰ ਨੇ, ਸਭ ਨੂੰ ਥਾਂ ਥਾਂ ਬੜੀ ਤਕਲੀਫ ਹੈ। ਉਹਦੇ ਪੁੱਤਰ ਨੇ, ਉਹਦੇ ਬੱਚੇ ਨੇ, ਜਿਹੜੇ ਸੰਗਤ ਜੀ, ਬਹੁਤ ਵੱਡੀ ਘਾਟ ਆ, ਬਹੁਤ ਵੱਡਾ ਦੁੱਖ ਹੈ। ਮਾਪਿਆਂ ਦੇ ਜਾਣ ਤੋਂ ਬਾਅਦ ਬੱਚੇ ਯਤੀਮ ਹੋ ਜਾਂਦੇ ਆ, ਪਰ ਆਪਾਂ ਕੀ ਕਰ ਸਕਦੇ ਹਾਂ। ਆਪਾਂ ਫਿਰ ਅਖੀਰ ਦੀ ਬਾਜੀ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਨਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ। ਇਹ ਜਨਮ ਅਤੇ ਮਰਨਾ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੈ, ਉਹਦੇ ਹੁਕਮ ਅਨੁਸਾਰ ਹੀ ਆ। ਬੜਾ ਵੱਡਾ ਦੁੱਖ ਹੈ। ਅਜੀਤ ਬਚਿੱਤਰ ਸਿੰਘ ਉਹਨਾਂ ਦੇ ਰਿਸ਼ਤੇਦਾਰ ਨੇ, ਔਰ ਸਰਪੰਚ ਸਾਹਿਬ ਬੈਠੇ ਨੇ ਸਰਦਾਰ ਸਰਦੂਲ ਸਿੰਘ ਜੀ, ਉਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਫਸਰ ਸਾਹਿਬ ਆਏ ਨੇ, ਉਹਨਾਂ ਦੇ ਆਮ ਸਾਥੀ ਅਹਿਮ ਉਹਨਾਂ ਦੇ ਰੁਤਬੇ ਵਾਲੇ ਵੀ ਆਏ ਨੇ, ਬਹੁਤ ਸੰਗਤ ਆਈ ਆ। ਸੰਗਤ ਜੀ ਨੇਕ ਬੰਦਾ ਸੀ, ਸਾਂਝ ਰੱਖਦਾ ਸੀ, ਪ੍ਰੇਮ ਰੱਖਦਾ ਸੀ ਹਰ ਬੰਦੇ ਦੇ ਨਾਲ। ਡਿਊਟੀ ਵੀ ਕੀਤੀ ਉਹਨੇ, ਚੰਗੀ ਡਿਊਟੀ ਕੀਤੀ ਹੈ, ਪਰ ਇਹ ਪਰਮਾਤਮਾ ਦੇ ਵੱਸ ਦਾ ਕਿਸੇ ਦੇ ਵੱਸ ਨਹੀਂ ਹੈ। ਮੇਰੇ ਵੀਰ ਨੇ ਹੁਕਮ ਕੀਤਾ ਹੈ ਕਿ ਉਹਨਾਂ ਦੇ ਜੋ ਸਪੁੱਤਰ ਨੇ, ਇੱਕ ਤਾਂ ਅਮਰੀਕਾ ਵਿੱਚ ਆ, USA ਵਿੱਚ ਆ, ਇਹ ਜੋ ਛੋਟੇ ਨੇ ਕਾਕਾ ਰਵਿੰਦਰ ਸਿੰਘ ਜੀ, ਇੱਥੇ ਨੇ, ਪਤਾ ਨਹੀਂ ਕਿੰਨੀ ਪੜ੍ਹਾਈ ਕੀਤੀ ਇਹਨਾਂ ਨੇ। ਅਤੇ ਮੈਂ ਬੇਨਤੀ ਕਰਦਾ ਇਹਨਾਂ ਨੂੰ ਕਿ ਕਾਗਜ਼ ਪੱਤਰ ਬਣਾ ਕੇ, ਸਰਟੀਫਿਕੇਟ ਨਾਲ ਲਾ ਕੇ, ਇਹ ਉੱਥੇ ਅਪਲਾਈ ਕਰ ਦੇਣ, ਉੱਥੇ ਇਹਨਾਂ ਨੂੰ ਇਹਦੀ ਇਹਨਾਂ ਦੀ ਪੜ੍ਹਾਈ ਦੇ ਅਨੁਸਾਰ ਜ਼ਰੂਰ ਨੌਕਰੀ ਲਵਾਈ ਜਾਊਗੀ। ਹੋਰ ਵੀ ਜੋ ਵੀ ਇਹਦੇ ਲਈ ਅਸੀਂ ਕਰ ਸਕਦੇ, ਸਾਡੀ ਡਿਊਟੀ ਬਣਦੀ ਹੈ। ਵਾਕਿਆ ਜਿਵੇਂ ਵੀਰ ਬਚਿੱਤਰ ਸਿੰਘ ਜੀ ਨੇ ਦੱਸਿਆ, ਬੜਾ ਪ੍ਰੇਮ ਕਰਦਾ ਸੀ ਮੇਰੇ ਨਾਲ। ਜਦੋਂ ਵੀ ਇਲੈਕਸ਼ਨ ਆਈ ਜਾਂ ਹੋਰ ਕੋਈ ਕਾਰਜ ਹੋਇਆ, ਮੋਢਲੀ ਕਿਤਾਬ ਵਿੱਚ ਹੋ ਕੇ ਉਹਨੇ ਸਾਡਾ ਸਾਥ ਦਿੱਤਾ ਹੈ। ਇੱਥੇ ਨਗਰ ਦੇ ਵਿੱਚ ਕੋਈ ਵੀ ਕਾਰਜ ਹੋਵੇ, ਇਲੈਕਸ਼ਨ ਹੋਵੇ, ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰਦਾ ਸੀ, ਉੱਥੇ ਸਮਾਜ ਦੇ ਵਿੱਚ ਵੀ ਉਹ ਬੜੀ ਵੱਡੀ ਸੇਵਾ ਕਰਦਾ ਸੀ। ਸੱਚਾ ਅਤੇ ਸੁੱਚਾ ਇਨਸਾਨ ਸੀ ਉਹ, ਪਰ ਇਹ ਰੱਬ ਦਾ ਭਾਣਾ ਹੈ, ਕੀ ਕਰ ਸਕਦੇ ਹਾਂ ਆਪਾਂ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਪ੍ਰਭੂ ਸੱਚੇ ਪਾਤਸ਼ਾਹ ਮਿਹਰ ਕਰੋ, ਰਹਿਮ ਕਰੋ, ਤਰਸ ਕਰੋ। ਜੇ ਕਿਤੇ ਉੱਥੋਂ ਜੀਵਨ ਬਤੀਤ ਕਰਦੇ ਹਾਂ, ਜਾਣੇ ਅਣਜਾਣੇ ਭੁੱਲ ਗਏ ਹੋਵੇ, ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਭੁੱਲਣ ਆਸ ਸਭ ਕੋ ਅਭੁੱਲ ਗੁਰੂ ਕਿਰਪਾ। ਅਸੀਂ ਤਾਂ ਖਿਰਕਿਆਂ ਨੂੰ ਭੁੱਲਦੇ ਹਾਂ, ਲਾਲਚ ਵੀ ਸਾਨੂੰ ਆ ਜਾਂਦਾ। ਸਿਰਫ ਜੇ ਨਹੀਂ ਭੁੱਲਦਾ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਨਹੀਂ ਭੁੱਲਦਾ। ਬੜੀਆਂ ਭੁੱਲਾਂ ਹੋ ਜਾਂਦੀਆਂ ਸਾਡੇ ਕੋਲੋਂ, ਪਰ ਏਡਾ ਮਿਹਰਬਾਨ ਦਇਆਵਾਨ ਸਤਿਗੁਰੂ ਸੱਚੇ ਪਾਤਸ਼ਾਹ, ਜੇ ਨਿਮਾਣੇ ਸਿੱਖ ਬਣ ਕੇ ਅਰਦਾਸ ਕਰੀਏ ਤਾਂ ਅਰਦਾਸ ਵੀ ਪ੍ਰਵਾਨ ਕਰਦਾ। ਮੈਂ ਇੱਕ ਬੇਨਤੀ ਜ਼ਰੂਰ ਕਾਕਾ ਜੀ ਨੂੰ ਕਰਨੀ, ਰਵਿੰਦਰ ਸਿੰਘ ਜੀ ਨੂੰ, ਕਿ ਸ਼ਾਇਦ ਇਹਨੇ ਅਲੀ ਅੰਮ੍ਰਿਤ ਨਹੀਂ ਛਕਿਆ, ਮੇਰੀ ਹੱਥ ਜੋੜ ਕੇ ਬੇਨਤੀ ਇਹਨੂੰ ਕਿ ਆ ਬੁੱਧਵਾਰ ਜਾਂ ਐਤਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਅਤੇ ਕਿਰਪਾ ਕਰਕੇ ਜ਼ਰੂਰੀ ਹੈ ਕਿ ਅੰਮ੍ਰਿਤ ਜ਼ਰੂਰ ਛਕਣ। ਅਤੇ ਜਿਵੇਂ ਮੈਂ ਬੇਨਤੀ ਕੀਤੀ ਹੈ, ਐਪਲੀਕੇਸ਼ਨ ਦੇ ਕੇ ਤਿਆਰ ਕਰਕੇ ਅਤੇ ਉਹ ਨਾਲ ਸਰਟੀਫਿਕੇਟ ਵਗੈਰਾ ਲਗਾ ਕੇ ਅਤੇ ਮੇਰੇ ਤੋਂ ਸਿਫਾਰਿਸ਼ ਜ਼ਰੂਰ ਕਰਾ ਲਿਓ। ਬਾਕੀ ਮੈਂ ਉੱਥੇ ਜਿਹੜੇ ਦਫ਼ਤਰੀ ਕੰਮ ਹੋਣਗੇ, ਮੈਂ ਸਾਰੇ ਸਾਡੇ ਅਫਸਰ ਸਾਹਿਬਾਨ ਆਏ ਨੇ ਵੀ, ਔਰ ਮੈਂ ਵੀ ਸਾਰੇ ਕਹਿ ਕੇ ਕੋਸ਼ਿਸ਼ ਕਰਕੇ ਇਹਨੂੰ ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ, ਇਹ ਤਾਂ ਆਪਾਂ ਕਰਾ ਲਵਾਂਗੇ। ਉਹਨੇ ਵਿਚਾਰੇ ਨੇ ਨਹੀਂ ਆਉਣਾ, ਉਹਨਾਂ ਕਿਸੇ ਦੇ ਵੱਸ ਦੀ ਗੱਲ ਨਹੀਂ। ਬੜਾ ਵੱਡਾ ਦੁੱਖ ਹੈ, ਬੜਾ ਭਾਰੀ ਦੁੱਖ ਹੈ, ਵਿਛੋੜੇ ਦਾ ਸਭ ਤੋਂ ਵੱਡਾ ਦੁੱਖ ਹੁੰਦਾ। ਸੋ ਮੈਂ ਕਿਤੇ ਜ਼ਰੂਰੀ ਜਾਣਾ ਵਾ, ਸ਼ਾਇਦ ਸਾਡੇ ਹੋਰ ਅਫਸਰ ਕੋਈ ਬੋਲਣ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ। ਸੋ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਕਹਿ ਤਕਬੀਰ ਸੁਣੋ ਰੇ ਸੰਤੋ, ਕੇਰ ਵੀ ਕਰੋ ਨਬੇਰਾ, ਅਬ ਕੀ ਬਾਗ ਬਖਸ਼ ਮੰਦੇ ਕੋ, ਬਹੁ ਨਾ ਭੁੱਲੇ ਫੇਰਾ ਦੇ ਮਹਾਂ ਵਾਕਾਂ ਅਨੁਸਾਰ। ਸੱਚੇ ਪਾਤਸ਼ਾਹ
ਜੇ ਕਿਤੇ ਜੀਵਨ ਬਤੀਤ ਕਰਦੇ ਹਾਂ ਜਾਣਿਆ ਜਾਣੇ ਭੁੱਲ ਗਈ ਹੋਵੇ ਮਾਫ਼ ਕਰ ਦਿਓ। ਹਾਂ ਇੱਕ ਮੈਂ ਬੇਨਤੀ ਕਰਨੀ ਭੁੱਲ ਗਿਆ, ਭਾਵੇਂ ਦੁੱਖ ਦਾ ਸਮਾਂ ਹੈ, ਮੈਂ ਕਾਕਾ ਜੀ ਨੂੰ ਬੇਨਤੀ ਕੀਤੀ ਅੰਮ੍ਰਿਤ ਛਕਣ ਦੀ, ਮੈਂ ਜਿੰਨੇ ਸੰਗਤ ਦੇ ਵਿੱਚ ਸਾਡੇ ਮਾਈ ਭਾਈ ਭੈਣ ਭਰਾ ਨੇ ਇਹ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਮੇਰੀ ਬੇਨਤੀ ਨੂੰ ਪ੍ਰਵਾਨ ਕਰਨ ਅਤੇ ਗੁਰੂ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕਰਨ, ਉਹ ਜ਼ਰੂਰ ਅੰਮ੍ਰਿਤ ਛਕਣ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਇਹ ਕਦੋਂ ਸਮੇਂ ਨੇ ਆ ਜਾਣਾ। ਕਈ ਵਾਰ ਆਪਾਂ ਸੋਚ ਲੈਂਦੇ ਹਾਂ ਬੜਾ ਸਮਾਂ ਆ ਲਈ ਕੋਈ ਨਹੀਂ ਅੰਮ੍ਰਿਤ ਛਕ ਲਾਂਗੇ, ਅਤੇ ਸਮਾਂ ਕੀ ਹੈ ਆਦਮੀ ਆ ਇੱਕਦਮ ਹੀ ਮੋਹਤ ਮੋਹਤ ਨਾ ਜਾਣਾ, ਕਿੰਨੀ ਕੁ ਮੋਹਤ ਦਾ ਕਿੰਨਾ ਕੁ ਸਮਾਂ ਹੈ, ਜੇ ਸਵਾਸ ਅੰਦਰ ਗਿਆ ਜੇ ਬਾਹਰ ਆਇਆ ਤਾਂ ਆਦਮੀ ਆ, ਜੇ ਨਹੀਂ ਬਾਹਰ ਆਇਆ ਤਾਂ ਮਿੱਟੀ ਦੀ ਢੇਰੀ ਹੈ। ਸੋ ਮੇਰੀ ਹੱਥ ਜੋੜ ਕੇ ਜਿੱਥੇ ਕਾਕਾ ਜੀ ਨੂੰ ਬੇਨਤੀ ਹੈ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਜ਼ਰੂਰ ਛਕੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਗੋ, ਬਾਣੀ ਦੇ ਬਾਣੀ ਦੇ ਧਾਰਨੀ ਹੋਵੋ, ਇਹ ਮੇਰੀ ਬੇਨਤੀ ਪ੍ਰਵਾਨ ਕਰਿਓ। ਸੱਚੇ ਪਾਤਸ਼ਾਹ ਮਿਹਰ ਕਰਨ ਉਹਨਾਂ ਦੀ ਰੂਹ ਨੂੰ, ਭਾਈ ਬਲਵਿੰਦਰ ਸਿੰਘ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਇਹ ਜੁਗੜਾ ਵਿਛੋੜੇ ਦਾ ਡਾਢਾ ਦੁੱਖ ਹੈ, ਇਹਨੂੰ ਮੰਨਣ ਦਾ ਬਰਦਾਸ਼ਤ ਕਰਨ ਦਾ ਬਲ ਬਖਸ਼ਣ। ਇੰਨੀਆਂ ਬੇਨਤੀਆਂ ਕਰਦਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ, ਸਰਦਾਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਸਾਹਿਬ ਜੋ ਹੈ ਅਸਲ ਕੇ ਵਿੱਚ ਸੇਵਾ ਕਰਦੇ ਰਹੇ ਨੇ ਐਮ ਐਲ ਏ ਤੌਰ 'ਤੇ, ਜਿਸ ਦਿਨ ਸੰਸਕਾਰ ਸੀ ਉਹ ਦਿਨ ਆਏ ਸੀ, ਅੱਜ ਕੋਈ ਬਹੁਤ ਜ਼ਰੂਰੀ ਨਹੀਂ ਹੋਣ ਕਰਕੇ ਉਹ ਨਹੀਂ ਆ ਸਕੇ, ਮੈਨੂੰ ਉਹਨਾਂ ਨੇ ਟੈਲੀਫੋਨ 'ਤੇ ਕਿਹਾ, ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰਿਓ। ਸੋ ਬੇਨਤੀ ਇੰਨੀਆਂ ਬੇਨਤੀਆਂ ਨਾਲ ਕਿਵਾਂ ਕਰ ਜਾ ਸਕਾਂ, ਸਤਿਕਾਰ ਨੂੰ ਤਾਂ ਗੱਜ ਕੇ ਫਤਿਹ ਬੁਲਾਓ, ਅਤੇ ਮੈਂ ਸੰਗਤ ਜੀ ਹੁਣ ਨਾਲ ਹੀ ਛੁੱਟੀ ਲੈ ਲੈਣੀ ਆ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਸਾਡੇ ਦੁੱਖ ਭਰੇ ਟਾਈਮ ਦੇ ਵਿੱਚ ਟਾਈਮ ਕੱਢਿਆ, ਮੈਂ ਹੁਣ ਬੇਨਤੀ ਕਰੂੰਗਾ ਗਿਆਨੀ ਕੁਲਵੰਤ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਗੋਇੰਦਵਾਲ ਸਾਹਿਬ, ਉਹ ਆਪਣੇ ਰਚਨਾ ਦੇ ਨਾਲ ਸੰਗਤ ਨੂੰ ਵਿਚਾਰਾਂ ਦੇ ਨਾਲ ਜੋੜਨਗੇ, ਔਰ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਬਰਾਜੇ ਰਹਿਣਾ। ਭਗਤ ਵਚਨ ਕਿਰਪਾ ਨਿਧਾਨ ਹੈ, ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਤਿਸੰਗ ਜੀਓ, ਆ ਬੜੇ ਪਿਆਰ ਸਤਿਕਾਰ ਦੇ ਨਾਲ ਹਾਜ਼ਰੀ ਲਵਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੇ ਆਪਾਂ ਸਾਰੇ ਹੀ ਉਸ ਵੀਰ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ, ਜੋ ਕਿ ਕੁਝ ਦਿਨ ਪਹਿਲਾਂ ਜੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਜੋ ਉਸ ਮਾਲਕ ਦਾ ਹੁਕਮ ਸੀ ਉਹ ਅਕਾਲ ਚਲਾਣ ਕਰਕੇ ਉਹਨਾਂ ਦੀ ਅੰਤਿਮ ਅਰਦਾਸ, ਕਿਉਂਕਿ ਸਤਿਗੁਰੂ ਜੀ ਦਾ ਪਾਵਨ ਵਚਨ ਹੈ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਕੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਭਗਤ ਰਵਿਦਾਸ ਜੀ ਦਾ ਪਾਵਨ ਸਲੋਕ ਹੈ, ਕਹਿੰਦੇ ਐ ਜੀਵ ਜਿਹੜਾ ਦਿਨ ਅੱਜ ਚੜ੍ਹ ਗਿਆ ਹੈ ਉਹ ਕੱਲ੍ਹ ਨੂੰ ਨਹੀਂ ਚੜ੍ਹਨਾ, ਜੋ ਦਿਨ ਆਵੇ ਸੋ ਦਿਨ ਜਾਹੀ, ਭਾਵ ਕਿ ਜਿਹੜਾ ਅੱਜ ਦਿਨ ਚੜ੍ਹ ਗਿਆ ਉਹਨੇ ਬਤੀਤ ਹੋ ਜਾਣਾ ਹੈ, ਕੱਲ੍ਹ ਨੂੰ ਉਸ ਦਿਨ ਨੇ ਨਹੀਂ ਚੜ੍ਹਨਾ। ਤੂੰ ਚੇਤ ਲੈ ਨਿਸ਼ ਦਿਨ ਮੈਂ ਪ੍ਰਾਣੀ, ਛਿਨ ਛਿਨ ਔਤ ਬਿਹਾਤ ਹੈ ਬੂਟੇ ਘੱਟ ਜਿਉ ਪਾਣੀ। ਤੇਰਾ ਸਰੀਰ ਕਹਿੰਦੇ ਇਸ ਤਰ੍ਹਾਂ ਜਿਵੇਂ ਪਿੱਲੇ ਘੜੇ 'ਚ ਪਾਣੀ ਪਾ ਦਿੱਤਾ ਜਾਵੇ ਅਤੇ ਉਹ ਪਾਣੀ ਸਿਮਦਿਆਂ ਸਿਮਦਿਆਂ ਉਹ ਭਾਂਡਾ ਜਿਹੜਾ ਉਹ ਖਾਲੀ ਹੋ ਜਾਂਦਾ ਹੈ, ਭੱਜ ਜਾਂਦਾ ਹੈ। ਇਸੇ ਤਰ੍ਹਾਂ ਹੀ ਤੇਰਾ ਸਰੀਰ ਹੈ ਕਿ ਇੱਕ ਸਵਾਸ ਸਵਾਸ ਕਰਦਿਆਂ ਕਰਦਿਆਂ ਇੱਕ ਦਿਨ ਤੇਰੇ ਸਾਰੇ ਹੀ ਸਵਾਸ ਮੁੱਕ ਜਾਣੇ ਹੈ, ਸਵਾਸ ਰੂਪੀ ਪਾਣੀ ਮੁੱਕ ਜਾਣਾ ਹੈ,
ਸਰੀਰ ਰੂਪੀ ਭਾਂਡਾ ਤੇਰਾ ਭੱਜ ਜਾਣਾ। ਫਿਰ ਮਹਾਰਾਜ ਕਹਿੰਦੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਫਿਰ ਤੂੰ ਦਰਗਾਹ ਦੇ ਵਿੱਚ ਜਾਣਾ ਹੈ, ਉੱਥੇ ਧਰਮ ਦੇ ਉੱਤੇ ਰਹਿੰਦਿਆਂ ਹੋਇਆਂ ਕਿਹੜਾ ਤੂੰ ਚੰਗਾ ਇਹੋ ਜਿਹਾ ਕਰਮ ਕੀਤਾ ਹੈ ਕਿ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਵੀ ਆਪਣੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਅੰਦਰ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਵੀ ਉਪਦੇਸ਼ ਕਰਦੇ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਣ ਤੂੰ ਜੱਗ ਮੈਂ ਆਇਆ। ਕਹਿੰਦੇ ਸਰੀਰਾ ਦੱਸ ਇਸ ਸੰਸਾਰ ਦੇ ਉੱਤੇ ਆਇਆ ਹੈ ਤੇ ਸੰਸਾਰ ਤੇ ਆਣ ਕਰਕੇ ਕਿਹੜਾ ਇਹੋ ਜਿਹਾ ਚੰਗਾ ਕਰਮ ਕੀਤਾ ਹੈ ਕਿ ਜਿਨ੍ਹਾਂ ਤੋਂ ਕਰਮ ਕੀ ਹੈ। ਕਿਉਂਕਿ ਵੀਰ ਬਲਵਿੰਦਰ ਸਿੰਘ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹਿ ਕਰਕੇ ਸੇਵਾ ਕੀਤੀ ਹੈ ਉਸਨੇ। ਮੇਰਾ ਤੇ ਗੁਆਂਢੀ ਹੈ ਕਿਉਂਕਿ ਆ ਖਾਲ ਤੋਂ ਪਰਲੇ 3 ਕਿੱਲੇ ਪਰਲੇ ਬੰਨੇ ਮੇਰੀ ਜ਼ਮੀਨ ਹੈ, ਲੋਹਾਰ ਪਿੰਡ ਹੈ। ਅਸੀਂ ਛੋਟੇ ਹੁੰਦੇ ਤਕਰੀਬਨ ਹੀ ਇੱਥੇ ਇਕੱਠੇ ਰਹੇ ਹਾਂ ਅਤੇ ਜਦੋਂ ਉਹਨੇ ਡਿਊਟੀ 'ਤੇ ਵੀ ਆਉਣਾ ਅਤੇ ਉਹਨੇ ਇਹ ਕਰਕੇ ਅਸੀਂ ਬੁਲਾਉਣਾ, ਗੁਆਂਢੀਆ ਆ ਜਾ ਕਿੱਧਰ ਚੱਲਿਆ ਹੈ, ਕਿਉਂਕਿ ਉਹਦੇ ਬੁਲਾਉਣ ਦਾ ਲਹਿਜਾ ਹੀ ਇਹੋ ਜਿਹਾ ਸੀ ਕਿ ਉਹ ਕਦੀ ਕਿਸੇ ਨੂੰ ਇਹ ਨਹੀਂ ਲੱਗਾ ਕਿ ਇਹ ਇੰਸਪੈਕਟਰ। ਜਿੱਥੇ ਵੀ ਗਿਆ ਉਹਨੇ ਭਰਾਵਾਂ ਵਾਂਗ ਹੀ ਡਿਊਟੀ ਕੀਤੀ, ਭਰਾਵਾਂ ਵਾਂਗ ਸਾਰਿਆਂ ਨੂੰ ਆਪਣੇ ਭਰਾ ਸਮਝ ਕਰਕੇ। ਇਹ ਬਾਲਕ ਦਾ ਹੁਕਮ ਹੈ ਕਿ ਮੌਤ ਅਟਲ ਸਚਿਆਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਤੋਂ ਉਹ ਜੀ ਚਲੇ ਜਾਣਾ, ਮੈਂ ਜਾਣਾ, ਮੈਂ ਘਰ ਨੂੰ ਜਾਣਾ, ਇਸ ਤਰ੍ਹਾਂ ਕਹਿੰਦਾ ਰਹਿਣਾ ਹੈ। ਤੇ ਤੂੰ ਇੱਕ ਗੱਲ ਦੱਸ, ਕਿੰਨੀ ਕੁ ਦੂਰ ਸਮਝਦਾ ਜਿੱਦਣ ਤੂੰ ਆਖਰੀ ਚਲੇ ਜਾਣਾ ਹੈ। ਤੇ ਮਰਦਾਨਾ ਕਹਿਣ ਲੱਗਾ, ਮਹਾਰਾਜ ਜੇ ਤੇ ਮੈਂ ਘਰ ਰਹਿੰਦਾ ਤੇ ਹੋ ਸਕਦਾ ਸੀ ਕੁਝ ਸਮਾਂ ਮੈਂ ਜਿਉਂਦਾ ਰਹਿੰਦਾ, ਤੇ ਜਦੋਂ ਤਾਂ ਤੁਹਾਡੇ ਨਾਲ ਆਇਆ, ਪਤਾ ਨੀ ਜੰਗਲਾਂ ਦਾ ਪੈਂਡਾ ਹੈ, ਕਿੱਧਰ ਤੁਸੀਂ ਤੁਲੇ ਜਾਂਦੇ ਹੋ, ਕਿੱਧਰ ਚਲੇ ਜਾਂਦੇ ਹੈ, ਇੰਨਾ ਵਿਖੜਾ ਪੈਂਡਾ ਹੁੰਦਾ ਹੈ, ਤੇ ਪਤਾ ਨੀ ਕੱਲ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨੇ ਬੜੀ ਆਸ ਲਾ ਕੇ ਬੈਠਾ ਹੈ ਕਿ ਕੱਲ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਜੇ ਕਿਸੇ ਨੂੰ ਕਹਿ ਦਈਏ ਨਾ ਵੀ ਤੂੰ ਕੱਲ ਨੂੰ ਮਰ ਜਾਣਾ ਹੀ, ਕਿਉਂਕਿ ਵੀਰ ਨੂੰ ਬਿਮਾਰੀ ਹੈ, ਉਹ ਜਿੱਤੇ ਉਹਦਾ ਕੋਈ ਪਤਾ ਨਹੀਂ, ਕੋਈ ਬਿਮਾਰੀ ਨਾ ਮੁਰਾਦ ਬਿਮਾਰੀ ਹੈ ਜਿਹੜੀ ਕੈਂਸਰ ਦੀ, ਪਤਾ ਨਹੀਂ ਕਿਹਦੇ ਘਰ ਇਸ ਬਿਮਾਰੀ ਨੇ ਉਜਾੜ ਦਿੱਤੇ। ਨੌਜਵਾਨਾਂ ਨੂੰ ਇਹ ਨਹੀਂ ਵੀ ਕਿਤੇ ਉਮਰ ਕਿਤੇ ਗਈ, ਬਤੀਤ ਹੋ ਗਈ, ਮੋਟੇਪਾ ਆ ਗਿਆ ਤੇ ਇਹ ਬਿਮਾਰੀ ਲੱਗ ਗਈ। ਨੌਜਵਾਨਾਂ ਨੂੰ ਇਹ ਜਿਹੜੀ ਬਿਮਾਰੀ ਉਹ ਲੱਗੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ ਬੜੀ ਦੂਰ ਮੌਤ ਸਮਝਦਾ ਕਿ ਕੱਲ ਅੱਜ ਦਿਨ ਚੜ੍ਹ ਗਿਆ, ਕੱਲ ਪਤਾ ਨਹੀਂ ਚੜ੍ਹਨਾ ਕਿ ਨਹੀਂ ਚੜ੍ਹਨਾ। ਬਾਲਾ ਲਾ ਕੇ ਬੈਠਾ ਸੀ, ਬਾਲੇ ਨੂੰ ਪੁੱਛ ਲਿਆ, ਬਾਲਿਆ ਤੂੰ ਦੱਸ। ਤੇ ਬਾਲਾ ਕਹਿਣ ਲੱਗਾ, ਮਹਾਰਾਜ ਮੈਂ ਇੰਨਾ ਕੁ ਜਾਣਦਾ ਅੱਜ ਦਾ ਦਿਨ ਚੜ੍ਹ ਗਿਆ, ਰਾਤ ਪੈਣੀ ਕਿ ਨਹੀਂ ਪੈਣੀ, ਪਤਾ ਨਹੀਂ ਕਦੋਂ ਮੌਤ ਆ ਜਾਣੀ। ਤੇ ਮਹਾਰਾਜ ਕਹਿਣ ਲੱਗੇ, ਬਾਲਿਆ ਤੂੰ ਵੀ ਬੜੀ ਆਸ ਲਾਈ ਬੈਠਾ ਹੈ, ਜੇ ਦਿਨ ਚੜ੍ਹ ਗਿਆ ਰਾਤ ਪਤਾ ਨਹੀਂ ਪੈਣੀ ਕਿ ਨਹੀਂ ਪੈਣੀ। ਤੇ ਬਾਲਾ ਹੱਥ ਜੁੜ ਕੇ ਬੇਨਤੀ ਕਰਦਾ ਸਤਿਗੁਰਾਂ ਨੂੰ, ਕਹਿਣ ਲੱਗਾ, ਸਤਿਗੁਰੂ ਤੁਸੀਂ ਦੱਸੋ, ਹਾਂ ਤੁਸੀਂ ਕੀ ਸਮਝਦੇ ਹੋ। ਤੇ ਸਤਿਗੁਰੂ ਜੀ ਨੇ ਉੱਥੇ ਸਲੋਕ ਉਚਾਰਨ ਕੀਤਾ, ਹਮ ਆਦਮੀ ਹਾਂ ਇੱਕਦਮ ਹੀ ਮੁਹਲਤ ਮੁਹਤ ਨਾ ਜਾਣਾ। ਕਹਿੰਦੇ ਸੀ ਤੇ ਇਹ ਜਾਣਦੇ ਵੀ ਜਿਹੜਾ ਇੱਕ ਸਵਾਸ ਅੰਦਰ ਚਲਿਆ ਗਿਆ ਉਹਨੇ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ, ਕਦੋਂ ਮੌਤ ਆ ਜਾਣੀ ਹੈ, ਕਿਉਂਕਿ ਉਸ ਮਾਲਕ ਦਾ ਹੁਕਮ ਹੈ ਤੇ ਸਾਰੀ ਦੁਨੀਆ ਹੀ ਉਹਦੇ ਹੁਕਮ ਦੇ ਅੰਦਰ ਹੈ, ਉਹਦੇ ਹੁਕਮ ਤੋਂ ਬਗੈਰ ਤੇ ਪਤਾ ਵੀ ਨਹੀਂ ਹਿਲਦਾ। ਬੜਾ ਯਤਨ ਕਰਦੇ, ਅਸੀਂ ਵੀ ਯਤਨ ਕੀਤਾ ਵੀਰ ਦਾ, ਪਰਿਵਾਰ ਵਾਲਿਆਂ ਨੇ ਕਿੰਨੇ ਹਸਪਤਾਲਾਂ ਦੇ ਵਿੱਚ ਗਏ, ਆਪਣੀ ਵਾਹ ਲਾ ਦਿੱਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਰਾਜ਼ੀ ਹੋ ਜਾਵੇ। ਪਰ ਉਹ ਜਿਹੜਾ ਦਿਨ ਉਸ ਮਾਲਕ ਨੇ, ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਹੈ ਨਾ ਤੇ ਜਿਹੜਾ ਵਧਾਤਾ ਕਰਮ ਲਿਖਣ ਵਾਲਾ ਉਸੇ ਦਿਨ ਹੀ ਮੌਤ ਦਾ ਦਿਨ ਉਹ ਉਸੇ ਸਮੇਂ ਹੀ ਲਿਖ ਦਿੰਦਾ ਹੈ ਵਧਾਤਾ, ਕਿ ਇੰਨੇ ਇਹਦੀ ਉਮਰ ਹੈ, ਇਸ ਦਿਨ ਇਸ ਸਮੇਂ ਇਸ ਨੂੰ ਮੌਤ ਆ ਜਾਣੀ ਆ। ਕਿਉਂਕਿ ਮਾਂ ਜਿਹੜੀ ਹੁੰਦੀ ਹੈ ਨਾ, ਮਾਂ ਬੜਾ ਤੰਗ ਝੱਲਦੀ ਹੈ ਆਪਣੇ ਬੱਚਿਆਂ ਨੂੰ ਪਾਲਣ, ਪਹਿਲਾਂ ਜਨਮ ਦਿੰਦੀ, 9 ਮਹੀਨੇ ਪੇਟ ਦੇ ਵਿੱਚ ਰੱਖਦੀ ਹੈ, ਫਿਰ ਉਹਨੂੰ ਜਨਮ ਦਿੰਦੀ ਹੈ, ਫਿਰ ਆਪਣਾ ਸਰੀਰ ਚੰਗਾਉਂਦੀ ਹੈ,
ਫਿਰ ਆਪ ਗਿੱਲੇ ਥਾਂ ਤੇ ਪੈਂਦੀ ਹੈ, ਉਸ ਨੂੰ ਸੁੱਕੇ ਥਾਂ ਤੇ ਪਾਉਂਦੀ, ਕਈ ਕਾਲਣਾ ਘਾਲਦੀ ਹੈ। ਤੇ ਜਦੋਂ ਫਿਰ ਉਸ ਮਾਂ ਦੇ ਹੱਥਾਂ ਦੇ ਵਿੱਚ ਉਹਦਾ ਪੁੱਤਰ, ਨੌਜਵਾਨ ਪੁੱਤਰ ਤੁਰ ਜਾਵੇ ਤੇ ਫਿਰ ਉਹ ਤੇ ਮਾਂ ਹੀ ਜਾਣਦੀ ਹੈ ਨਾ, ਉਹਦਾ ਮਾਂ ਦਾ ਦਿਲ ਹੀ ਪੁੱਛਿਆ ਜਾਣਦਾ ਹੈ ਨਾ। ਮਾਵਾਂ ਜਿਹੜੀਆਂ ਹੁੰਦੀਆਂ ਹੈ ਨਾ, ਮਾਵਾਂ ਭਾਵੇਂ ਕਿੰਨੀਆਂ ਵੀ ਬਜ਼ੁਰਗ ਹੋ ਜਾਣ, ਮੇਰੀ ਮਾਤਾ 3 ਸਾਲ ਹੋ ਗਏ ਚੜ੍ਹਾਈ ਕਰ ਗਈ ਤੇ ਮੈਨੂੰ ਅਟੈਕ ਹੋ ਗਿਆ, 2 ਅਟੈਕ ਹੋ ਗਏ। ਬਲਵਿੰਦਰ ਸਿੰਘ ਮੀਤ ਮੈਨੇਜਰ ਜਿਹੜਾ ਉਹ ਮੈਨੂੰ ਅੰਮ੍ਰਿਤਸਰ ਲੈ ਗਏ, ਮਹਾਰਾਜ ਨੇ ਕਿਰਪਾ ਕੀਤੀ ਮੈਂ ਘਰ ਆ ਗਿਆ ਤੇ ਮੇਰੇ ਕੋਲ ਬੈਠ ਜਾਣਾ ਤੇ ਮੇਰੀ ਮਾਂ ਨੇ, ਤੇ ਹੌਲੀ ਹੌਲੀ ਮੇਰੀਆਂ ਲੱਤਾਂ ਮੇਰੀਆਂ ਬਾਹਾਂ ਉਹਦੇ ਨੱਪਣੀਆਂ ਤੇ ਮੈਂ ਕਈ ਵਾਰੀ ਉਹਨੂੰ ਆਖਣਾ ਬੀਬੀ ਤੂੰ ਕੀ ਕਰਦੀ ਆ, ਤੂੰ ਨਾ ਕਰ, ਤੂੰ ਇਸਨਾ ਨਾ, ਕਿਉਂਕਿ ਪੁੱਤ ਹੈ ਨਾ, ਮਾਂ ਹੈ ਨਾ, ਮਾਂ ਮਾਂ ਦਾ ਕਲਜਾ ਹੈ ਨਾ। ਮਾਂ ਆਪਣੇ ਬੱਚੇ ਨੂੰ ਕਦੀ ਤਕਲੀਫ਼ ਹੋ ਜਾਏ ਤੇ ਕਦੇ ਕਰਦੀ ਹੈ, ਪੁੱਤ ਦੇ ਕੰਡਾ ਚੁੱਭ ਜਾਵੇ ਨਾ, ਪੁੱਤ ਦੇ ਕੰਡਾ ਤੇ ਮਾਂ ਦਾ ਦਿਲ ਜਿਹੜਾ ਉਹ ਪਾੜ ਜਾਂਦਾ ਕਿ ਮੇਰੇ ਬੱਚੇ ਦੇ ਕੰਡਾ ਵੱਜਾ। ਤੇ ਜਦੋਂ ਉਸ ਮਾਂ ਦੇ ਹੁੰਦਿਆਂ ਜੀਉਂਦਿਆਂ ਜੀ ਉਹ ਆਪਣੇ ਹੱਥਾਂ ਦੇ ਨਾਲ ਜਦੋਂ ਚਿਖਾ ਦੇ ਵਿੱਚ ਆਪਣੇ ਨੌਜਵਾਨ ਪੁੱਤਰ ਨੂੰ ਰੱਖਦੀ ਤੇ ਫਿਰ ਉਹ ਮਾਂ ਦਾ ਉਸ ਦਿਨ ਮੌਤ ਹੋ ਜਾਂਦੀ। ਇੱਕ ਦਿਨ ਮਾਂ ਉਦੋਂ ਮਰਦੀ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ, ਉਦੋਂ ਵੀ ਉਹਦਾ ਦੂਸਰਾ ਜਨਮ ਹੁੰਦਾ ਹੈ। ਤੇ ਜਦੋਂ ਕਿਤੇ ਮਾਂ ਆਪਣੇ ਨੌਜਵਾਨ ਪੁੱਤਰ ਦਾ ਸਸਕਾਰ ਕਰਦੀ ਫਿਰ ਉਹ ਮਾਂ ਨੂੰ ਪੁੱਛ ਕੇ ਵੇਖੇ ਉਹਦਾ ਦਿਲ ਪੁੱਛਿਆ ਜਾਂਦਾ ਕਿ ਉਹ ਪੁੱਤ ਜਿਹਨੂੰ ਮੈਂ 9 ਮਹੀਨੇ ਪੇਟ 'ਚ ਰੱਖਿਆ, ਉਹ ਪੁੱਤਰ ਜਿਹਨੂੰ ਮੈਂ ਜਨਮ ਦਿੱਤਾ, ਉਹ ਪੁੱਤਰ ਜਿਹਨੂੰ ਮੈਂ ਬੁਰਕੀਆਂ ਦੇ ਕੇ ਪਾਲਿਆ, ਆਪ ਭੁੱਖੀ ਰਹਿ ਰਹਿ ਕੇ ਪਾਲਿਆ, ਆਪਣੇ ਸਰੀਰ ਨੂੰ ਚੰਗਾਇਆ ਤੇ ਅੱਜ ਮੇਰੀਆਂ ਅੱਖਾਂ ਦੇ ਸਾਹਮਣੇ। ਸਿਆਣੇ ਕਹਿੰਦੇ ਜਦੋਂ ਭਾਰ ਜਿਹੜਾ ਹੈ ਨਾ ਮਨੁੱਖ ਨੂੰ ਕਦੋਂ ਜ਼ਿਆਦਾ ਭਾਰ ਲੱਗਦਾ ਹੈ ਕਿਸੇ ਵਸਤੂ ਦਾ ਦੁਨੀਆਂ ਦੇ ਉੱਤੇ, ਇਹੋ ਜਿਹਾ ਕੋਈ ਪਦਾਰਥ ਨਹੀਂ ਜਿਹਦਾ ਭਾਰ ਹੋਵੇ, ਪਰ ਭਾਰ ਉਦੋਂ ਮਨੁੱਖ ਨੂੰ ਲੱਗਦਾ ਹੈ ਜਦੋਂ ਮਾਂ ਪਿਓ ਆਪਣੇ ਨੌਜਵਾਨ ਪੁੱਤਰ ਦੀ ਜਿਹੜੀ ਅਰਥੀ ਹੈ ਉਹ ਚੁੱਕ ਕੇ ਘਰੋਂ ਤੇ ਜਦੋਂ ਸੰਸਕਾਰ ਕਰਨ ਵਾਸਤੇ ਸਿਰਿਆਂ 'ਚ ਲੈ ਕੇ ਜਾਂਦਾ ਹੈ, ਉਹਦੇ ਤੋਂ ਵੱਡਾ ਕੋਈ ਦੁਨੀਆਂ ਦਾ ਭਾਰ ਨਹੀਂ ਇਸ ਦੁਨੀਆਂ ਦੇ ਉੱਤੇ। ਸੋ ਉਹ ਅੱਜ ਵੀਰ ਸਾਡਾ ਵੀਰ ਸਿੰਘਪੁਰੀ ਅੱਜ ਮਾਲਕ ਦੇ ਹੁਕਮ ਨਾਲ, ਕਿਉਂਕਿ ਹੁਕਮ ਉਸ ਮਾਲਕ ਦਾ ਹੈ, ਪਿਛਲੇ ਦਿਨੀ ਉਹ ਸਾਨੂੰ ਵਿਛੋੜਾ ਦੇ ਕੇ ਚਲੇ ਗਏ। ਅਰਦਾਸ ਹੀ ਹੈ, ਕਿਉਂਕਿ ਪਹਿਲਾਂ ਵੀ ਅਰਦਾਸ ਕੀਤੀ ਹੈ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰੀ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਟੇਢੀਆਂ ਜੂਨਾਂ ਤੋਂ ਬਚਾਉਣਾ, ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਦੀਆਂ ਚੜ੍ਹਦੀਆਂ ਕਲਾ ਕਰਨੀਆਂ, ਪਰਿਵਾਰ ਇਸੇ ਤਰ੍ਹਾਂ ਹੀ ਆਪਣੇ ਦਰਘਰ ਦੀ ਸੇਵਾ ਕਰਦਾ ਰਹੇ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਨੌਕਰੀ ਮਿਲ ਜਾਣੀ ਬਹੁਤ ਵੱਡੇ ਭਾਗ ਹੋਣ ਤੇ ਫੇਰ ਮਿਲਦੀ ਹੈ। 2 ਦਾਤਾਂ ਮਿਲਦੀਆਂ ਸਾਨੂੰ ਜਿਹੜੇ ਅਸੀਂ ਨੌਕਰੀ ਆ, ਇੱਕ ਸਾਨੂੰ ਤਨਖਾਹ ਮਿਲਦੀ ਸਾਡੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨ ਵਾਸਤੇ, ਤੇ ਦੂਸਰੀ ਅਸੀਂ ਜਿਹੜੀ ਮਨ ਕਰਕੇ ਸੇਵਾ ਕਰ ਲੈਂਦੇ ਹਾਂ ਨਾ ਤਨ ਕਰਕੇ ਗੁਰੂ ਦਰ ਦੇ ਉੱਤੇ ਸੰਗਤਾਂ ਦੀਆਂ ਕਿਸੇ ਵੀ ਕਿਸਮ ਦੀ ਸਾਡੀ ਜਦੋਂ ਡਿਊਟੀ ਲੱਗਦੀ ਹੈ ਤੇ ਜਦੋਂ ਅਸੀਂ ਉਹ ਸੇਵਾ ਸਮਝ ਕੇ ਕਰਦੇ ਫਿਰ ਉਹ ਸਾਨੂੰ ਲਾਹਾ ਮਿਲਦਾ। ਤਨਖਾਹ ਸਾਨੂੰ ਕੰਮ ਕਰਨ ਦੀ ਡਿਊਟੀ ਕਰਨ ਦੀ ਮਿਲ ਗਈ, ਪਰ ਜਿਹੜੀ ਅਸੀਂ ਸੇਵਾ ਕੀਤੀ ਉਹਦਾ ਫਲ ਫਿਰ ਸਾਨੂੰ ਹੀ ਮਿਲਦਾ, ਉਹਦਾ ਫਲ ਫਿਰ ਹੋਰ ਨਹੀਂ ਕਿਸੇ ਨੂੰ ਵੀ ਮਿਲਦਾ, ਕਿਉਂਕਿ ਗੁਰੂ ਦੀ ਦਾਤ ਹੈ, ਗੁਰੂ ਦੀ ਰਹਿਮਤ ਹੈ। ਸੋ ਗੁਰੂ ਕਿਰਪਾ ਕਰੇ ਉਸ ਵਿਛੜੀ ਰੂਹ ਆਤਮਾ ਨੂੰ ਆਪਣੀ ਚਰਨਾਂ 'ਚ ਨਿਵਾਸ ਸੋਚੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਸਰਦਾਰ ਸਤਨਾਮ ਸਿੰਘ ਜੀ ਆਰ ਮੈਨੇਜਰ ਗੁਰਦੁਆਰਾ ਬੌਲੀ ਸਾਹਿਬ ਉਹਨਾਂ ਨੇ ਵੀ ਆਉਣਾ ਸੀ, ਸਲਾਨਾ ਜੋੜ ਮੇਲਾ ਜਿਹੜਾ ਆਰੰਭ ਹੋ ਚੁੱਕਾ ਹੈ, ਐਤਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣੇ ਹੈ, ਸੰਗਤਾਂ ਦੀ ਆਮਦ ਹੈ, ਲੰਗਰਾਂ ਵਾਲੀਆਂ ਸੰਗਤਾਂ ਆਉਂਦੀਆਂ ਹੈ, ਇਸ ਕਰਕੇ ਉਹ ਆ ਨਹੀਂ ਸਕੇ। ਉਹਨਾਂ ਨੇ ਮੇਰੇ ਨਾਲ ਮੀਤ ਮੈਨੇਜਰ ਸਰਬਜੀਤ ਸਿੰਘ ਜੀ ਮੁੰਡਾ ਪਿੰਡ ਨੂੰ ਭੇਜਿਆ, ਤੋਂ ਮੈਨੇਜਰ ਦੀ ਵੀ ਹਾਜ਼ਰੀ ਮੈਂ ਆਪ ਸਿੰਘ ਦੇ ਚਲਾਉਂਦਾ, ਹੋਈਆਂ ਫੁੱਲਾਂ ਚੁੱਕਣ ਦੀ ਖਿਮਾ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇੱਕ ਦੋ ਗੱਲਾਂ ਕਰਕੇ ਤੁਹਾਡੇ ਕੋਲੋਂ ਆ ਗਿਆ ਲੈ ਲੈਣੀ ਆ, ਜੋ ਦਿਲ ਦੇ ਵਿੱਚ ਵਾਰ ਵਾਰ ਆ ਰਹੀਆਂ ਸੀ। ਸ਼ਾਇਦ ਮੇਰੇ ਕਾਰਯੋਗ ਬੋਲੀ ਦੇ ਸਾਥੀ ਉਹ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਮੈਨੂੰ ਅੱਜ ਸਵੇਰੇ ਹੀ ਸਰਦਾਰ ਜਵਾਹਰ ਸਿੰਘ ਜੀ ਜਿਹੜੇ ਮੁੰਡਾ ਪਿੰਡ ਸਾਹਿਬ ਵਾਲੇ ਮੁੰਡਾ ਪਿੰਡ ਵਾਲੇ ਆ, ਉਹਨਾਂ ਦਾ ਬੇਟਾ, ਉਹ ਦੱਸ ਰਿਹਾ ਸੀ ਕਿ ਜਦੋਂ ਇਹ ਬਿਮਾਰੀ ਤੋਂ ਥੋੜ੍ਹਾ ਉੱਠ ਕੇ ਗੁਰਦੁਆਰਾ ਸਾਹਿਬ ਗਏ, ਇਹ ਜਿਹੜੀਆਂ ਦੋ ਗੱਲਾਂ ਉਹ ਹਮੇਸ਼ਾ ਸਾਨੂੰ ਵੀ ਔਰ ਹਰੇਕ ਦੇ ਨਾਲ ਹੀ
ਹਮੇਸ਼ਾ ਮੇਰੇ ਫੁੱਫੜ ਜੀ ਕਰਦੇ ਹੁੰਦੇ ਸੀ, ਉਹਨਾਂ ਦੇ ਚਿਹਰੇ 'ਤੇ ਹਮੇਸ਼ਾ ਖਿੜੇ ਮੱਥੇ, ਕੈਸੇ ਹੋ ਐਨ ਬੱਲੇ ਬੱਲੇ, ਹਮੇਸ਼ਾ ਜਿਹਨੂੰ ਵੀ ਮਿਲਣਾ ਇਹ ਦੋ ਲਫ਼ਜ਼ ਕਹਿ ਕੇ ਮਿਲਣੇ, ਹੱਸ ਕੇ ਮਿਲਣਾ। ਅਤੇ ਮੈਂ ਸਮਝਦਾ ਕਿ ਇਹ ਜਿਹੜੇ ਲਫ਼ਜ਼ ਹੈ ਇਹ ਤਾਂ ਅਸੀਂ 3-4 ਮਹੀਨੇ ਹੀ ਉਹਨਾਂ ਦੇ ਉਹ ਖੋ ਬੈਠੇ ਸੀ, ਉਸ ਤੋਂ ਬਾਅਦ ਜੋ ਸਾਨੂੰ ਇਹ ਲਫ਼ਜ਼ ਉਹਨਾਂ ਦੇ ਸੁਣਨੇ ਨਸੀਬ ਨਹੀਂ ਹੋਏ। ਸੋ ਗੱਲਾਂ ਤਾਂ ਹੋਰ ਵੀ ਬਹੁਤ ਕਰਨ ਵਾਲੀਆਂ, ਖੀਰ ਨੂੰ ਪ੍ਰਮੁੱਖ ਸਮੂਹ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਕੜਾਹ ਪ੍ਰਸ਼ਾਦ ਦੀ ਦੇਗ ਵਟਾਉਣਗੇ। ਉਸ ਤੋਂ ਉਪਰੰਤ ਸਮੂਹ ਸਾਧ ਸੰਗਤ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ, ਹੋਈਆਂ ਗਲਤੀਆਂ ਦੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਬੇਟੇ ਇੱਕ ਮਿੰਟ ਬੈਠ ਜਾਓ, ਬੈਠ ਜਾਓ ਕੋਈ ਨਹੀਂ।